ਅਖਰੋ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ਗੁਰੂ ਗਰੀਬ ਨਵਾਜ਼ ਪਤਿਤ ਪਾਵਨ ਭਗਤ ਵੱਛਲ ਸ਼ਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਜੀ ਸਤਿਗੁਰੂ ਨੇ ਬਖਸ਼ੀਆਂ ਕੀਤੀਆਂ ਹੈ ਬਹੁਤ ਸਾਰੀਆਂ ਸੰਗਤਾਂ ਅਮਰਤ ਵੇਲੇ ਤੋਂ ਹੀ ਸੇਵਾ ਵਿੱਚ ਹਾਜ਼ਰ ਨੇ ਨਿਤਨੇਮ ਤੁਰਕੀ ਬਾਣੀ ਦਾ ਮਹਾਨ ਕੀਰਤਨ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਗੁਰੂਕੀਆਂ ਸਿੱਖ ਸੰਗਤਾਂ ਨੇ ਸਰਵਣ ਕੀਤੇ ਹਨ ਨਿਤਾ ਪ੍ਰਤੀ ਦੀ ਤਰ੍ਹਾਂ ਜੋ ਇਸ ਪਾਵਨ ਸਥਾਨ ਦੀ ਮਰਜ਼ਾਦਾ ਅਨਸਾਰ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸੈਸਕਰਤੀ ਸ਼ਲੋਕਾਂ ਵਿੱਚ ਆਪਣੇ ਉਪਰ ਪਰ ਉਪਕਾਰ ਕਰ ਰਹੇ ਹਨ ਮਹਾਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਔ ਗੁਰੂ ਗੁਰੂਖਾਲਸਾ ਸਾਧ ਸੰਗਤ ਜੀ ਗੁਰੂ ਕੀ ਬਾਣੀ ਦਾ ਕਥਾਰਾ ਅਨੰਦ ਮੰਨ ਲਈ ਮਨ ਬਿਰਤੀਆਂ ਇਕਤਰ ਕਰਿਏ ਸਰਬਤ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਸੁਭੰਤ ਤੋਇੰ ਅਚੁੱਤ ਗੁਨਾਗਯੰ ਪੂਰਨ ਬਹੁਲੋ ਕਿਰਪਾਲਾ ਗੰਬੀਰੰ ਉਚੈ ਸਰਬੱਗ ਅਪਾਰਾ ਪ੍ਰੀਤਿਆ ਪ੍ਰਿਅੰ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਣੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਆ ਕੇ ਵਹਿਮਾਂ ਭਰਮਾਂ ਦਾ ਜਾਲ ਤੋੜਿਆ ਅਥਵਾ ਵਰਨ ਵਿੱਚ ਵਰਨਵੰਡ ਵਿੱਚ ਵੰਡੀ ਹੋਈ ਲੁਕਾਈ ਨੂੰ ਲੁਤਾੜੇ ਹੋਏ ਜੀਵਾਂ ਨੂੰ ਮਨੁੱਖਤਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਾਰਮਿਕ ਤੌਰ ਤੇ ਜਿੱਥੇ ਆਜ਼ਾਦੀ ਬਖਸ਼ੀ ਕੇ ਆਓ ਸਾਰੇ ਹੀ ਮਿਲ ਕੇ ਪ੍ਰਮਾਤਮਾ ਦਾ ਨਾਮ ਜਪ ਸਕਦੇ ਆਂ ਸਭ ਦਾ ਹੀ ਭਲਾ ਹੋ ਸਕਦਾ ਜਿਨੇ ਜਿਨੇ ਵੀ ਪ੍ਰਮਾਤਮਾ ਨੂੰ ਯਾਦ ਕੀਤਾ ਅਰਾਧਿਆ ਉਹਦੀ ਬੰਦਗੀ ਕੀਤੀ ਪ੍ਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ ਉਹ ਪਾਈ ਦਰਗਾਹ ਚ ਖਰੇ ਉੱਤਰ ਜਾਂਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਕੋਈ ਬੰਦਨਾ ਨਹੀਂ ਕਿ ਕਿਹੜੀ ਜਾਤੀ ਵਿੱਚ ਹੈ ਗਰੀਬ ਹੈ ਅਮੀਰ ਹੈ ਪੜਿਆ ਅਣ ਪੜਿਆ ਹੈ ਸਭ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ੀਆਂ ਕੀਤੀਆਂ ਉਥੇ ਪੰਤ ਲੋਕ ਜੀਵ ਦੇ ਚੜ੍ਹਾਈ ਕਰ ਜਾਣ ਤੋਂ ਗੜ ਪ੍ਰਾਨ ਦਾ ਜਾਪ ਕਰਦੇ ਸਨ ਇਹ ਤਾਦਕ ਵਿਧੀ ਬਣਾਈ ਗਈ ਸੀ ਕਿ ਜੇ ਪਰਤਾਂ ਵਿੱਚੋਂ ਕੋਈ ਚੜ੍ਹਾਈ ਕਰੇ ਤੇ ਉਹਦੇ ਲਈ 13 ਦਿਨ ਦਾ ਗਰੜ ਪ੍ਰਾਣ ਪੜਿਆ ਜਾਂਦਾ ਤੇ 13ਵੀਂ ਮਨਾਉਂਦੇ ਸੀ ਤੇ ਜੇ ਸ਼ੂਦਰ ਚੜ੍ਹਾਈ ਕਰ ਜਾਵੇ ਤੇ ਫਿਰ 18ਵੀਂ ਮਨਾਉਂਦੇ ਸੀ ਛਤਰੀ ਕਰ ਜਾਵੇ ਫਿਰ 17ਵੀਂ ਮਨਾਉਂਦੇ ਸੀ ਇਹ ਤਦਕ ਕਈ ਤਰ੍ਹਾਂ ਦੇ ਬੰਧਨ ਇਹ ਵੀ ਫਰਕ ਰੱਖਿਆ ਸੀ ਜਨਮ ਤੇ ਮਰਨ ਦਾ ਵੀ ਫਰਕ ਸੀ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਲਈ ਕੋਜਾ ਆਪਦੇਸ਼ ਕਿ ਭਾਈ ਆਨ ਤੌਰ ਤੇ ਗੁਰਸਿੱਖਾਂ ਵਿੱਚ ਇਹ ਪ੍ਰਚਲਿਤ ਸੰਪਰਦਾਵਾਂ ਦੇ ਵਿੱਚ ਮਰਜ਼ਾਦਾ ਇੱਕ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਨਾ ਤੇ ਉਦੋਂ 10 ਦਿਨਾਂ ਦੇ ਵਿੱਚ ਇਹ ਤੁਰਕੀ ਬਾਣੀ ਸੈਸਕਿਰਤੀ ਦੀ ਕਥਾ ਕੀਤੀ ਜਾਂਦੀ ਹੈ ਦੋ ਦੋ ਸ਼ਲੋਕਾਂ ਦੀ ਰੋਜ਼ ਕਥਾ ਹੁੰਦੀ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਨਹੀਂ ਕਿ ਕੋਈ ਅਮੀਰ ਚੜਾਈ ਕਰੇ ਫੇਰ ਹੀ ਆ ਨਹੀਂ ਭਾਈ ਕੋਈ ਪ੍ਰਾਣੀ ਗੁਰਸਿੱਖ ਚੜਾਈ ਕਰ ਜਵੇ ਗੁਰੂ ਨਾਨਕ ਨਾਮ ਲਿਵਾ ਗੁਰੂ ਕਾ ਸ਼ਰਧਾਲੂ ਸਿੱਖ ਤੇ ਉਹਦੇ ਨਿਮਿਤ ਇਸ ਦਾ ਜਾਪ ਕਰਨਾ ਹੈ ਉਹਦੇ ਲਈ ਕਿਉਂਕਿ ਇੱਕ ਤੇ ਵਿਰਾਗ ਮਈ ਸਮਾਂ ਹੁੰਦਾ ਹੈ ਤੇ ਸਾਰਿਆਂ ਨੂੰ ਹੀ ਇਹ ਉਪਦੇਸ਼ ਮਿਲਦਾ ਹੈ ਕਿ ਇਹ ਸਰੀਰ ਦੀ ਬਨਾਵਟ ਕਿਉਂ ਜਿ ਹੈ ਕਿਸ ਲਈ ਅਸੀਂ ਸੰਸਾਰ ਵਿੱਚ ਆਏ ਆ ਕਿੰਨਾ ਕਥੇ ਸਾਡਾ ਪੱਕਾ ਸਥਾਨ ਹੈ ਕਿੰਨਾ ਕਥੇ ਇੱਥੇ ਰਹਿ ਸਕਦੇ ਆ ਕਿਉਂ ਵੱਡੀਆਂ-ਵੱਡੀਆਂ ਆਸਾਂ ਬੰਨ੍ਹ ਕੇ ਫਿਰਦੇ ਆਂ ਹੋਰ ਦੀ ਹੋਰ ਨਿਤਾ ਦੀ ਨਿਤਰਾ ਤ੍ਰਿਸ਼ਨਾ ਕਿਉਂ ਵਧਦੀ ਜਾਂਦੀ ਹੈ ਇਤਕਾਦ ਗੁਰੂ ਨੇ ਬਹੁਤ ਵੱਡ ਮੁੱਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲ ਦੇ ਉਪਦੇਸ਼ ਵਿੱਚ ਦੱਸਿਆ ਸੀ ਕਿ ਐ ਮਨੁੱਖ ਤੂੰ ਇਸ ਦੇਹ ਦੇ ਉੱਪਰ ਮਾਣ ਕਰਦਾ ਹੈ ਤੇ ਪਰ ਇਹ ਕੱਚਾ ਕਿਲਾ ਹੈ ਅੱਜ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਸੋਭਾ ਹੋਵੇ ਮੇਰੀ ਵਿਡਿਆਈ ਹੋਵੇ ਮੇਰੀ ਜੈ ਜੈਕਾਰ ਹੋਵੇ ਮੈਂ ਜਿੱਥੇ ਵੀ ਜਾਵਾਂ ਮੇਰੇ ਲਈ ਨਾਰੇ ਜਕਾਰੇ ਮਾਰਨ ਵਾਲੀਆਂ ਸੰਗਤਾਂ ਵਾਧੂ ਹੋਣ ਮੇਰਾ ਕੋਈ ਵਿਰੋਧ ਨਾ ਕਰੇ ਜੋ ਮੈਂ ਕਹਿ ਦੇਵਾਂ ਉਹ ਹੀ ਟਲ ਮੰਨਿਆ ਜਾਵੇ ਇਹ ਤਾਂ ਅਦਿਕ ਬੜੀਆਂ ਇੱਛਾਵਾਂ ਹੁੰਦੀਆਂ ਹਨ ਪਰ ਸਤਿਗੁਰੂ ਸਹਿਬ ਕਿਰਪਾ ਕਰਦੇ ਨੇ ਕਿ ਇਹ ਗੁਰਸਿੱਖ ਕਿਸੇ ਦੀ ਖਸ਼ਾਮਦ ਕਰਨ ਦੀ ਲੋੜ ਨਹੀਂ ਜੇ ਤੂੰ ਚਾਹਣਾ ਹੈ ਕਿ ਮੇਰਾ ਵੀ ਇਸ ਦੁਨੀਆ ਵਿੱਚ ਬਲਕਿ ਇਸ ਲੋਕ ਵਿੱਚ ਨਹੀਂ ਪ੍ਰਲੋਕ ਵਿੱਚ ਵੀ ਸਨਮਾਨ ਹੋਵੇ ਤੇ ਆਓ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕੀ ਕਰਨਾ ਚਾਹੀਦਾ ਜਿਹੜੀ ਇਹ ਦੁਰਲੱਭ ਦੇ ਮਿਲੀ ਹੈ ਇਹਦੇ ਵਿੱਚ ਤੈਨੂੰ ਕੀ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਹੈ ਕਿਹੜਾ ਕਰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਫਲਤਾਪੂਰਵਕ ਤੂੰ ਆਪਣੀ ਜ਼ਿੰਦਗੀ ਜਿਉਵੇਂ ਤੇ ਆਂਡ ਗਵਾਂਡ ਨਗਰ ਵਿੱਚ ਇਲਾਕੇ ਵਿੱਚ ਦੇਸ਼ ਵਿੱਚ ਵਿਦੇਸ਼ਾਂ ਵਿੱਚ ਤੇਰਾ ਜਸ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸੁਭੰਤ ਤਉੰ ਅਚੁੱਤ ਗੁਣ ਅਗੰ ਕਹਿੰਦੇ ਤੂੰ ਚਾਹੁੰਦਾ ਹੈ ਕਿ ਮੇਰੀ ਸੋਭਾ ਹੋਵੇ ਸੁਭੰਤ ਤਉੰ ਤੇਰੀ ਇੱਛਾ ਹੈ ਕਿ ਇਸ ਸੰਸਾਰ ਵਿੱਚ ਬਲਕੇ ਹਰ ਥਾਈ ਮੇਰੀ ਬਹੁਤ ਸੋਭਾ ਬਣੀ ਰਹੇ ਪੂਰਨ ਬਹੁ ਲੋ ਕਿਰਪਾਲਾਂ ਕਹਿੰਦੇ ਸੁਭੰਤ ਤੋਇੰ ਤੇ ਜੇ ਤੂੰ ਚਾਹਣਾ ਕਿ ਮੇਰੀ ਸੰਖਾਰ ਵਿੱਚ ਇੱਛਾ ਹੋਵੇ ਤੇ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਦਾ ਹੀ ਕਿਰਪਾਲੂ ਹੈ ਨਾ ਸੁਭੰਤ ਤੋਇੰ ਕਹਿੰਦੇ ਤੇਰੀ ਸੋਭਾ ਉਹਦੇ ਦੁਆਰਾ ਹੋਵੇਗੀ ਜਿਹੜਾ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ ਤੇ ਆਓ ਦੱਸਦੇ ਹਾਂ ਕਿ ਉਹ ਤੇਰੇ ਤੇ ਕਿਵੇਂ ਕਿਰਪਾ ਕਰੇਗਾ ਪੂਰਨੰ ਬਹੁ ਲੋ ਕਿਰਪਾਲਾ ਕਹਿੰਦੇ ਸੁਭੰਤ ਤੋਇੰ ਤੇ ਭਾਈ ਜੇ ਤੂੰ ਚਾਹਣਾ ਮੇਰੀ ਸੁਭਾ ਹੋਵੇ ਤਾਂ ਫੇਰ ਜਿਹੜਾ ਕਿਰਪਾਲੂ ਹੈ ਪੂਰਨੰ ਬਹੁ ਲੋ ਕਿਰਪਾਲਾ ਕਹਿੰਦੇ ਸੁਭੰਤ ਤੋਇੰ ਮੁਰ ਤੋਂ ਪੜੋ ਜੀ ਫਿਰ ਸੁਭੰਤ ਤਉੰ ਅਚੁੱਤ ਗੁਣਅਗਯੰ ਕਹਿੰਦੇ ਜਿਹੜਾ ਗੁਣਾ ਦਾ ਸੁਭਗਰ ਹੈ ਅਚੁੱਤ ਗੁਣਅਗਯੰ ਅਚੁੱਤ ਹੁੰਦਾ ਨਾ ਹਿਲਣ ਵਾਲਾ ਨਾ ਗਿਣਨ ਵਾਲਾ ਨਾ ਗਿਰਜਣ ਵਾਲਾ ਨਾ ਝੁਕਣ ਵਾਲਾ ਹਮੇਸ਼ਾ ਹੀ ਉਸ ਦਾ ਜਿਹਦਾ ਨਾਮ ਹੀ ਬਹੁਤ ਉੱਚਾ ਹੈ ਬਹੁਤ ਸੁੱਚਾ ਹੈ ਬਹੁਤ ਅਹਲ ਹੈ ਅਹਲ ਹੈ ਕਹਿੰਦੇ ਭਾਈ ਉਦੇ ਗੁਣਾਂ ਦਾ ਸਮਗਰ ਕੀ ਹੈ ਉਹਦੇ ਬੜੇ ਗੁਣ ਨੇ ਤੇਰੇ ਕਮਨ ਗੁਣ ਤੇਰੇ ਕਮਨ ਕਿਹੜੇ-ਕਿਹੜੇ ਗੁਣ ਤੇਰੇ ਕਹਿ ਕੇ ਕੇ ਦੱਸੀਏ ਗਿਨੇ ਨਹੀਂ ਜਾ ਸਕਦੇ ਇਸ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹਦੇ ਗੁਣਾਂ ਨੂੰ ਜੀ ਇੱਕ-ਇੱਕ ਗੁਣ ਨੂੰ ਵੀ ਗ੍ਰਹਿਣ ਕਰ ਲਵੇ ਨਾ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਇਹ ਧੰਨ ਗੁਰੂ ਨਾਨਕ ਦਾ ਜਿਹੜਾ ਧਾਰ ਹੈ ਨਾ ਇਹ ਦੁਨੀਆ ਨਾਲੋਂ ਵੱਖਰੀ ਗੱਲ ਵੀ ਸਾਨੂੰ ਸਿਖਾਉਂਦਾ ਹੈ ਦੁਨੀਆ ਦੇ ਜਿੰਨੇ ਵੱਡੇ ਵੱਡੇ ਅਵਤਾਰ ਪਗੰਬਰ ਹੋਏ ਜਾਂ ਸਿਆਣੇ ਮੱਖ ਮਨੁੱਖ ਹੋਏ ਸਾਇੰਸਦਾਨ ਅੱਜ ਵੀ ਨੇ ਕੀ ਸਿਖਾਉਂਦੇ ਨੇ ਕਿ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਆ ਜ਼ਿੰਦਗੀ ਜਿਉਣ ਵਾਸਤੇ ਤੈਨੂੰ ਕਿਹੜੇ ਸਾਧਨਾਂ ਦੀ ਜ਼ਰੂਰਤ ਹੈ ਕਿਹੜੇ ਕਿਹੜੇ ਤੂੰ ਗੁਣ ਕਰ ਗੁਣ ਤੂੰ ਗ੍ਰਹਿਣ ਕਰ ਲਵੇਂ ਕਿੰਨੀ ਕੁ ਪੜ੍ਹਾਈ ਕਰ ਲਵੇਂ ਕਿੰਨੀਆਂ ਕੁ ਤੂੰ ਡਿਗਰੀਆਂ ਲੈ ਲਵੇਂ ਤਾਂ ਤੇਰੀ ਜ਼ਿੰਦਗੀ ਸੌਖੀ ਬੀਤ ਸਕਦੀ ਹੈ ਸਤਿਗੁਰੂ ਜੀ ਤੇ ਦੱਸਦੇ ਹੀ ਨਹੀਂ ਵੀ ਕਿਰਤ ਕਰਨ ਵਾਸਤੇ ਤੈਨੂੰ ਉਪਰਾਲਾ ਯਤਨ ਕਰਨਾ ਚਾਹੀਦਾ ਪਰ ਕੇਵਲ ਜ਼ਿੰਦਗੀ ਜਿਉਣ ਵਾਸਤੇ ਨਹੀਂ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਦਰਸ ਦੱਸਦਾ ਹੈ ਕਿ ਮਰਨਾ ਕਿਸ ਤਰ੍ਹਾਂ ਹੈ ਤੂੰ ਮਰਨ ਦੇ ਗੁਣ ਗ੍ਰਹਿਣ ਕਰ ਤੈਨੂੰ ਮਰਨ ਦੀ ਤਿਆਰੀ ਕਰਨੀ ਚਾਹੀਦੀ ਹੈ ਮਰਨ ਦੇ ਗੁਣ ਸਿੱਖਣੇ ਚਾਹੀਦੀ ਹੈ ਮਰਨਾ ਕਿਵੇਂ ਆ ਕਿਉਂਕਿ ਜਿਉਣਾ ਤਾਂ ਥੋੜਾ ਚਿਰ ਹੈ ਅੰਤ ਨੂੰ ਜਿਹੜੀ ਪੌੜੀ ਤੇ ਚੜਨਾ ਉਹ ਤੇ ਮਰਨਾ ਹੀ ਆ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਨੂੰ ਫਰਮਾਇਆ ਕਿ ਜੇ ਭਾਈ ਇਸ ਦੁਨੀਆ ਵਿੱਚ ਖੇਲ ਖੇਲਣੀ ਆ ਤੇ ਖੇਲ ਵੀ ਧਰਮ ਦੀ ਖੇਲਣੀ ਆ ਤੇ ਪ੍ਰੀਤ ਵੀ ਪ੍ਰਭੂ ਨਾਲ ਪਾਉਣੀ ਆ ਤੇ ਤੂੰ ਧਰਮੀ ਵੀ ਕਹਾਉਣਾ ਹੈ ਕਹਣਾ ਕਿ ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਹਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਫੇਰ ਤੋਂ ਭਾਈ ਇੱਕ ਗੱਲ ਦਾ ਖਿਆਲ ਰੱਖੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਇਹ ਸਾਡੀ ਬਖਸ਼ਿਸ਼ ਕੀਤੀ ਹੈ ਗੁਰੂ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਮਰਨ ਮੁਨਸਾ ਸੂਰਿਆ ਹੱਕ ਹੈ ਜਿਉ ਹੋਏ ਮਰਨ ਪਰਵਾਣੋ ਇਥੇ ਮਰਨ ਦੀ ਗੱਲ ਵੀ ਕਹੀ ਕਬੀਰ ਮਰਤਾ ਮਰਤਾ ਜਗ ਮੂਹਾ ਮਰ ਪੇ ਨਾ ਜਾਣਿਆ ਕੋਈ ਐਵੇਂ ਹੀ ਮਰੀ ਜਾਂਦੇ ਨੇ ਕੋਈ ਐਕਸੀਡੈਂਟ ਚ ਮਰ ਗਿਆ ਕੋਈ ਕਿਵੇਂ ਮਰ ਗਿਆ ਪਰ ਮਰਨ ਦੀ ਤਿਆਰੀ ਨਹੀਂ ਕੀਤੀ ਕੋਈ ਬੁੱਢਾ ਹੋ ਕੇ ਮਰ ਗਿਆ ਆਖੀਰ ਨੂੰ ਮਰਨੇ ਤੇ ਹੈ ਹੀ ਨਾ ਤੇ ਭਗਤੀ ਕਹਿੰਦੇ ਮਰਨਾ ਸਿੱਖਿਆ ਹੀ ਨਹੀਂ ਕਿਉਂਕਿ ਜੇ ਮਰਨਾ ਸਿੱਖਿਆ ਹੁੰਦਾ ਤੇ ਫਿਰ ਕਹਿੰਦੇ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਮਰਨ ਦੇ ਨਾਲ ਹੀ ਪੂਰਨ ਪ੍ਰਭੂ ਦੀ ਪ੍ਰਾਪਤੀ ਫੇਰ ਹੀ ਹੋਵੇਗੀ ਨਾ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਇਹ ਦਰ ਹੈ ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜੀ ਮਰਨਾ ਹੈ ਨਾ ਤੇ ਤੈਨੂੰ ਮਰਨ ਦੀ ਜਾਜ ਦੱਸਦੇ ਆਂ ਜਦ ਆਪ ਕੀ ਉਹਨ ਦਹਾਨ ਬਣਾ ਅਤ ਹੀ ਰਣ ਮੈਂ ਤਬ ਜੂਝ ਮਰੋ ਕਹਿੰਦੇ ਜੇਕਰ ਤੇ ਧਰਮ ਦਾ ਜੁੱਧ ਲੜਨਾ ਪੈ ਜਾਵੇ ਉਥੇ ਕੰਡ ਨਹੀਂ ਦਿਖਾਉਣਾ ਤੇ ਜੇ ਜ਼ੁਲਮ ਨਾਲ ਟੱਕਰ ਲੈਣ ਪੈ ਨਹੀਂ ਪੈ ਜਾਵੇ ਸ਼ਾਂਤਵੇਂ ਢੰਗ ਨਾਲ ਫਿਰ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਦਿਖਾ ਦਿੱਤਾ ਚੰਦਨੀ ਚੌਂਕ ਵਿੱਚ ਬੈਠ ਕੇ ਵੀ ਦਿਖਾ ਦਿੱਤਾ ਸਾਨੂੰ ਇਹ ਤਰੀਕਾ ਵੀ ਦੱਸ ਦਿੱਤਾ ਕਿ ਮਰਨਾ ਕਿਵੇਂ ਤੇ ਜਿਹੜੇ ਮਰਨ ਤੋਂ ਕਲਗੀਧਰ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖਦੇ ਨੇ ਕਿ ਭਾਈ ਜੈ ਜੈ ਜੈਸੁਰ ਲੋਕ ਭਇਓ ਜਿਹਦੇ ਮਰਨ ਦੇ ਨਾਲ ਸਵਰਗ ਦੇ ਵਿੱਚ ਵੀ ਕਹਿੰਦੇ ਜੈ ਜੈਕਾਰ ਫੈਲ ਗਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵਾਸਤੇ ਸਾਨੂੰ ਨਾਲ-ਨਾਲ ਮਰਨ ਦਾ ਢੰਗ ਦੱਸਿਆ ਕਿ ਮਰਨਾ ਕਿਵੇਂ ਹੈ ਮਰਨ ਦੀ ਤਿਆਰੀ ਕਿਵੇਂ ਕਰਨੀ ਹੈ ਸਾਡਾ ਧਰਮ ਦੱਸਦਾ ਹੈ ਕਿ ਜਿਹੜੀ ਮੌਤ ਹੈ ਇਹ ਕੋਈ ਅਣਹੋਣੀ ਨਹੀਂ ਹਰ ਇੱਕ ਤੇ ਹੋਣੀ ਹੈ ਤੇ ਜਿਹੜੀ ਮੌਤ ਹੈ ਇਹ ਕੋਈ ਡਰਾਉਣਾ ਹਾਦਸਾ ਵੀ ਨਹੀਂ ਸਿਰਫ ਇੱਕੋ ਗੱਲ ਨੂੰ ਯਾਦ ਰੱਖਣਾ ਹੈ ਕਿ ਮੌਤ ਆਉਣੀ ਹੈ ਮੌਤ ਨੂੰ ਸਿਰਫ ਯਾਦ ਰੱਖਣਾ ਹੈ ਕਿ ਇੱਕ ਦਿਨ ਮੈਂ ਇੱਥੋਂ ਜਾਣਾ ਹੈ ਬਸ ਇੰਨਾ ਹੀ ਚੇਤਾ ਰਹਿ ਜਾਵੇ ਨਾ ਤੇ ਫਿਰ ਸਾਡੀ ਨਿਤਾ ਪ੍ਰਤੀ ਦੀ ਕਿਰਿਆ ਹੀ ਬਦਲ ਜਾਵੇਗੀ ਸਾਡਾ ਰੋਜ਼ ਦਾ ਜੋ ਜਿਉਣ ਦਾ ਢੰਗ ਬਦਲ ਜਾਵੇ ਪਰ ਸਾਨੂੰ ਇਹ ਹੀ ਇੱਕ ਗੱਲ ਵਿਸਰੀ ਹੋਈ ਹੈ ਕਿ ਅਸੀਂ ਮਰਨਾ ਹੀ ਨਹੀਂ ਅੱਜ ਕਲਗੀ ਧਰਪਾਤਸ਼ਾਹੀ ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੂੰ ਪਿਤਾ ਜੀ ਨੇ ਵੀ ਵੱਡੇ ਭਰਾਵਾਂ ਨੇ ਵੀ ਭਾਈ ਮਾਨ ਸਿੰਘ ਜੀ ਨੇ ਜਿਨ੍ਹਾਂ ਨੂੰ ਬੱਚਿਆਂ ਨੂੰ ਇਹਨਾਂ ਸਹਬਜ਼ਾਦਿਆਂ ਨੂੰ ਬਹੁਤ ਲਾਡ ਨਾਲ ਖੜਾਇਆ ਤੇ ਦਾਦੀ ਮਾਤਾ ਮਾਤਾ ਗੁਜਰ ਕੌਰ ਜੀ ਕਲਗੀ ਧਰਪਾਤਸ਼ਾਹੀ ਦੀ ਮਾਤਾ ਜਿਨ੍ਹਾਂ ਨੇ ਬੜੀਆਂ ਸਿੱਖਿਆਵਾਂ ਦਿੱਤੀਆਂ ਪਰ ਅੱਜ ਸਮਾਂ ਆ ਗਿਆ ਅੰਤਮ ਸਿੱਖਿਆ ਦੇਣ ਦਾ ਕੱਲ ਦਾਸ ਨੇ ਬੇਨਤੀ ਕੀਤੀ ਸੀ ਕਿ ਪਹਿਲੇ ਦਿਨ ਦੀ ਕਚਹਿਰੀ ਵਿੱਚ ਬੜੀਆਂ ਚਾਪਲੂਸੀਆਂ ਕੀਤੀਆਂ ਗਈਆਂ ਕਿ ਛੋਟੇ-ਛੋਟੇ ਬੱਚੇ ਨੇ ਇਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਵਰਗਲਾਇਆ ਜਾ ਸਕਦਾ ਹੈ ਪਰ ਜਦੋਂ ਸਨਮੁਖ ਜਵਾਬ ਸੁਣੇ ਤੇ ਕੁਝਕ ਪ੍ਰਤੀਤ ਹੋਇਆ ਕਿ ਇੰਨੀ ਸੌਖੀ ਗੱਲ ਨਹੀਂ ਤੇ ਜਦੋਂ ਵਾਪਸ ਆਏ ਠੰਡ ਦੇ ਅੱਜ ਦੇ ਦਿਨ ਨੇ ਆਪਾਂ ਨੂੰ ਪਤਾ ਕਿੰਨੀ ਠੰਡ ਹੈ ਤੇ ਫਿਰ ਠੰਡਾ ਬੁਰਜ ਜਿਹਦੇ ਕੋਈ ਦਰਵਾਜ਼ਾ ਹੀ ਨਹੀਂ ਉਸ ਬੁਰਜ ਵਿੱਚ ਮਾਤਾ ਜੀ ਬੱਚਿਆਂ ਨੂੰ ਪੁੱਛਦੇ ਨੇ ਪੁੱਤਰੋ ਕੀ ਹੋਇਆ ਤੇ ਹਾਸ ਹਾਸ ਕੇ ਦੱਸਦੇ ਨੇ ਮਾਂ ਬੜੇ ਲਾਲਤ ਦਿੰਦੇ ਸੀ ਬੜਾ ਬਿਲਕ ਲਾਉਂਦੇ ਸੀ ਔਰ ਜਿਹੜੀ ਮਾਂ ਤੋਂ ਸਿੱਖਿਆ ਦਿੱਤੀ ਨਾ ਉਸੇ ਤਰ੍ਹਾਂ ਸਾਨੂੰ ਪ੍ਰਤੀਤ ਹੋਇਆ ਕਿ ਇਹ ਗੱਲਾਂ ਉਵੇਂ ਹੀ ਕਰ ਰਹੇ ਨੇ ਜਿਵੇਂ ਤੁਸੀਂ ਸਾਨੂੰ ਦੱਸਿਆ ਸੀ ਵੀ ਆਹ ਕੁਝ ਹੋ ਸਕਦਾ ਹੈ ਤੇ ਦੂਸਰੇ ਦਿਨ ਵਾਸਤੇ ਮਾਤਾ ਨੇ ਫੇਰ ਰਾਤ ਨੂੰ ਤਿਆਰੀ ਕੀਤੀ ਕਹਿੰਦੇ ਬੈਠੋ ਮੇਰੀ ਗੋਦ ਵਿੱਚ ਤੁਹਾਨੂੰ ਮੈਂ ਰਹਿਰਾਸ ਦਾ ਪਾਠ ਸੁਣਾਵਾਂ ਮਾਤਾ ਜੀ ਨੇ ਪਾਠ ਕੀਤਾ ਬੱਚਿਆਂ ਨੇ ਸੁਣਿਆ ਦੇਖੋ ਕਿੰਨੀ ਚਾਰ ਸੁਪیرے ਕਹਿਰਾ ਕਹਿਰਾ ਭਰਿਆ ਹੋਇਆ ਸਮਾਂ ਹੈ ਤੂਫਾਨ ਝੁੱਲ ਰਹੇ ਨੇ ਕਹਿਰਾਂ ਦੇ ਪਰਮਾ ਤੇ ਕਲਗੀਧਰ ਪਾਤਸ਼ਾਹ ਦੀ ਮਾਂ ਐ। ਸਤਿਗੁਰੂ ਪਾਤਸ਼ਾਹ ਦੀ ਮਾਤਾ ਨੇ ਰਹਿ ਰਹਿ ਦਾ ਪਾਠ ਕੀਤਾ, ਸਾਖੀਆਂ ਸੁਨਾਈਆਂ ਤੇ ਕਿਹਾ ਇੱਕੋ ਗੱਲ ਯਾਦ ਰੱਖਿਓ ਕਿ ਤੁਹਾਡੇ ਪਿਤਾਮਾ ਪਿਤਾ ਧੰਗੁਰੂ ਅਰਜਨ ਸਾਹਿਬ ਜੀ ਦਾ ਸ਼ਾਂਤਮਈ ਨਾਲ ਸਾਹਤਾਂ ਦਿੰਦਿਆਂ ਤੱਤੀਆਂ ਤਵੀਆਂ ਤੇ ਬੈਠ ਕੇ ਬਚਨ ਨਿਕਲੇ ਨੇ। ਕਿ ਤੇਰਾ ਕੀ ਆ ਮਿੱਠਾ ਲੱਗਾ ਹੈ ਹਰ ਨਾਮ ਪਦਾਰਥ ਨਾਨਕ ਮੰਗਾ ਹੈ ਤੁਹਾਡੇ ਦਾਦਾ ਪਿਤਾ ਜੀ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਧਰਮ ਨੂੰ ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ ਸੀਸ ਦਿੱਤਾ ਸਿਰੜ ਨਹੀਂ ਦਿੱਤਾ ਸੀ ਤੱਕ ਨਹੀਂ ਕੀਤੀ ਤੁਸੀਂ ਇਹ ਵੀ ਯਾਦ ਰੱਖਿਓ ਕਿ ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਜਿਨੇ ਖਾਲਸਾ ਪੰਥ ਸਾਜਿਆ ਜਿਨੇ ਤੁਹਾਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਕੀਤਾ ਹੈ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਸਵੇਰ ਹੋਈ ਦੋ ਸਿਪਾਹੀ ਆਏ ਨੇ ਮਾਤਾ ਜੀ ਨੇ ਕੋਈ ਸਵਾਲ ਕੀਤੇ ਉਹਨਾਂ ਨੂੰ ਕਿ ਤੁਸੀਂ ਮੇਰੇ ਪੋਤਰਾਂ ਨੂੰ ਲੈਣ ਆਏ ਹੋ ਮੈਨੂੰ ਇਹਨਾਂ ਤੇ ਦੱਸ ਜਾਓ ਇਹਨਾਂ ਦਾ ਕਸੂਰ ਕੀ ਆ ਇਹਨਾਂ ਨੇ ਗੁਨਾਹ ਕੀ ਕੀਤਾ ਹੈ ਕਹਿੰਦੇ ਮਾਤਾ ਅਸੀਂ ਤੇ ਹੁਕਮ ਦੇ ਬਧੇ ਆ ਸੂਬੇ ਦੀ ਕਚਹਿਰੀ ਲੱਗੀ ਐ ਕੱਲ ਨੂੰ ਕੁਝ ਸ਼ਕਤੀ ਹੋ ਸਕਦੀ ਆ ਉਥੇ ਸੁਚਾਨੰਦ ਵਰਗੇ ਨੇ ਉਥੇ ਮਰੇੜਕੋਟ ਜੀ ਨਵਾਬ ਬੈਠੇ ਨੇ ਉਥੇ ਬਹੁਤ ਸਾਰੇ ਹੋਰ ਜਿਗਰੀ ਦੋਸਤ ਬੈਠੇ ਨੇ ਵਜੀਦ ਖਾਨ ਦੇ ਇਸ ਕਰਕੇ ਅਸੀਂ ਤੇ ਕੁਝ ਨਹੀਂ ਕਹਿ ਸਕਦੇ ਸਹਿਬ ਜਦੋਂ ਲੈ ਕੇ ਚਲੇ ਗਏ ਪਰ ਜਿੱਕ ਨਵਾਂ ਟੰਗ ਵਰਤਿਆ ਕੇਵਲ ਖਿੜਕੀ ਖੁੱਲੀ ਐ ਬੋਏ ਜਿੱਥੇ ਕਚਹਿਰੀ ਲਾਈਨ ਵੀ ਜਦੋਂ ਨੀਵੀ ਪਾ ਕੇ ਸਹਬਜ਼ਾਦੇ ਅੰਦਰ ਆਉਣਗੇ ਤੇ ਸਭ ਤਾੜੀਆਂ ਮਾਰ ਦਿਓ ਅੱਲਾਹੁ ਅਕਬਰ ਦੇ ਨਾਰੇ ਲਾ ਦਿਓ ਕਿ ਕਲਗੀਧਰ ਪਾਦਸ਼ਾਹ ਦੇ ਪੁੱਤਰ ਸੂਬੇ ਵਜੀਦ ਖਾਂ ਦੇ ਸਾਹਮਣੇ ਝੁਕ ਗਏ ਨੇ ਤੇ ਦਰਵਾਜ਼ੇ ਦੇ ਸਾਹਮਣੇ ਜਾ ਕੇ ਬਾਬਾ ਫਤੇਸਿੰਘ ਰੁਕ ਗਏ ਬਾਬਾ ਜੋਰਾਵਰ ਸਿੰਘ ਕਹਿੰਦੇ ਫਤੇਸਿਆਂ ਆ ਇੱਕ ਇਹਨਾਂ ਦੀ ਘਰਾਉਣੀ ਚਾਲ ਐ ਸੀਸ ਝੁਕਾ ਕੇ ਅੰਦਰ ਨਹੀਂ ਜਾਣਾ ਜਿਹੜੇ ਸਿਪਾਹੀ ਲੈਣ ਆਏ ਨੇ ਉਹ ਕੁਝ ਨਹੀਂ ਸਮਝਦੇ ਕਿ ਕੀ ਕਹਿ ਰਹੇ ਨੇ ਉਹ ਕਹਿੰਦੇ ਬੱਚਿਓ ਸਾਹਮਣੇ ਸੂਬਾ ਸਾਹਿਬ ਬੈਠੇ ਨੇ ਕਚਹਿਰੀ ਸਜੀ ਹੋਈ ਐ ਤੇ ਤੁਸੀਂ ਝੁਕ ਕੇ ਸਲਾਮ ਕਰਿਓ ਤੇ ਉਹ ਆਪਣੀ ਗੁਫਤਕੂ ਵਿੱਚ ਲੱਗੇ ਨੇ ਪਰ ਇਹਨਾਂ ਦੀ ਗੱਲ ਵੀ ਸੁਣ ਲਈ ਕਹਿੰਦੇ ਪਹਿਲਾਂ ਪੈਰ ਅੰਦਰ ਕਰਨੇ ਨੇ ਸੀਸ ਬਾਅਦ ਵਿੱਚ ਅੰਦਰ ਕਰਨਾ ਕੋਈ ਇਹ ਨਾ ਕਵੇ ਝੁਕ ਗਏ ਆ ਤਿਆਰ ਬਰ ਤਿਆਰ ਹੋਏ ਨੇ ਨੀਲਾ ਬਾਣਾ ਪਹਿਨਿਆ ਹੋਇਆ ਕਮਰਕ ਸੇ ਚੀਤੇ ਹੋਏ ਨੇ ਦਮਾਲੇ ਸੇ ਜਿਓਏ ਨੇ ਕੱਡਮੀਆਂ ਨੋਕਦਾਰ ਤਿੱਲੇ ਦੀਆਂ ਜੁੱਤੀਆਂ ਪਾਈਆਂ ਹੋਈਆਂ ਜਿਹੜੇ ਹਮੇਸ਼ੀਆਂ ਪਾਉਂਦੇ ਸੀ ਤੇ ਜਦੋਂ ਕਹਿੰਦੇ ਅੰਦਰ ਵੜਾਂਗੇ ਨਾ ਤੇ ਫਤਿਹ ਸਿੰਘ ਤੂੰ ਮੇਰੇ ਵੱਲ ਮੂੰਹ ਕਰ ਲਈ ਮੈਂ ਤੇਰੇ ਵੱਲ ਕਰਾਂਗਾ ਗੱਜ ਕੇ ਫਤਿਹ ਬੁਲਾਵਾਂ ਇਹਨੂੰ ਸਮਝ ਆਏਗੀ ਕਿ ਆ ਜਾਏਗੀ ਕਿ ਅਸੀਂ ਝੁਕਦੇ ਤਾਂ ਹਾਂ ਪਰ ਕਿੱਥੇ ਝੁਕਦੇ ਹਾਂ ਵਾਹਿਰੂ ਦੇ ਅੱਗੇ ਹੱਥ ਤੂੰ ਵੀ ਜੋੜ ਲਈ ਮੈਂ ਵੀ ਜੋੜਾਂਗਾ ਤੂੰ ਮੇਰੇ ਸਾਹਮਣੇ ਝੁਕੀ ਮੈਂ ਤੇਰੇ ਸਾਹਮਣੇ ਝੁਕਾਂਗਾ ਇਹਨਾਂ ਨੂੰ ਆਪੇ ਹੀ ਸਮਝ ਆ ਜਾਏਗੀ ਇੰਨੀ ਗੁਫ਼ਤਗੂ ਇੱਕ ਮਿੰਟ ਚ ਕੀਤੀ ਤੇ ਦੋਨਾਂ ਨੇ ਵਾਰੀ-ਵਾਰੀ ਆਪਣੇ ਕਦਮ ਜੁੱਤੀ ਦਾ ਤਲਾ ਜੋ ਪੈਰ ਚੱਕ ਕੇ ਕਾਂ ਕੀਤਾ ਨਾ ਤਲਾ ਦਿਖਾਇਆ ਕਿ ਆਹ ਜੁੱਤੀਆਂ ਤੇਰੇ ਸਿਰ ਵਿੱਚ ਪੈਣ ਵਾਲੀਆਂ ਨੇ ਇਹਨਾਂ ਜੁੱਤੀਆਂ ਦੀ ਨੋਕ ਤੇ ਤੇਰੀਆਂ ਦਿੱਤੀਆਂ ਹੋਈਆਂ ਸਰਦਾਰੀਆਂ ਤੇਰੇ ਦਿੱਤੇ ਉਹ ਲਾਲਚ ਰਾਜ ਦੇ ਸੁਪਨੇ ਇਹਨਾਂ ਜੁੱਤੀਆਂ ਦੀ ਨੋਕ ਤੇ ਠਕਰਾਉਂਦੇ ਆ ਦੋਨੇ ਵੀਰ ਦਰਵਾਜ਼ੇ ਤੋਂ ਅੱਗੇ ਲੰਘ ਗਏ ਕਚਹਿਰੀ ਦੇ ਸਾਹਮਣੇ ਜਾ ਕੇ ਇੱਕ ਦੂਜੇ ਵੱਲ ਮੂੰਹ ਕੀਤਾ ਹੱਥ ਜੋੜੇ ਤੇ ਝੁੱਕ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗ ਲੱਗ ਗਈ ਵਜ਼ੀਰ ਖਾਨ ਕਹਿੰਦਾ ਓਏ ਤੁਹਾਡੇ ਪਿਤਾ ਦੇ ਦਰਬਾਰ ਨਹੀਂ ਏ ਇਹ ਇਸਲਾਮ ਦੇ ਰਾਜਨੀਤਿਕ ਲੋਕਾਂ ਦੀ ਕਚਹਿਰੀ ਹੈ ਇੱਥੇ ਤੁਹਾਡੀ ਫਤਿਹ ਨਹੀਂ ਚੱਲਣੀ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੂੰ ਇਹ ਮਾਰ ਮੁਕਾਇਆ ਤੁਹਾਡੇ ਭਰਾ ਮਾਰ ਦਿੱਤੇ ਨੇ ਤੁਹਾਡੀਆਂ ਫਵਜਾਂ ਖਤਮ ਕਰ ਦਿੱਤੀਆਂ ਕਿਲੇ ਨਹੀਂ ਰੇ ਕਿਹਦੇ ਸਿਰ ਤੇ ਤੁਸੀਂ ਫਤਿਹ ਬੁਲਾਉਂਦੇ ਹੋ ਕਹਿੰਦੇ ਸੂਬੇਆ ਝੂਠ ਬੋਲਦਾ ਤਾ ਸਾਡੇ ਪਿਤਾ ਨੂੰ ਮਦਾਨੇ ਜੁੱਧ ਵਿੱਚ ਮਾਰਨ ਵਾਲਾ ਕੋਈ ਨਹੀਂ ਜੰਮਿਆ ਤੂੰ ਆਪਣੀ ਕਾਇਰਤਾ ਛਪਾਉਣਾ ਹੈ ਹਾਂ ਜੇ ਤੂੰ ਇਹ ਕਹਿ ਦਿੰਦਾ ਕਿ ਤੁਹਾਡੇ ਭਰਾ ਟੁਕੜਾ ਟੁਕੜਾ ਹੋ ਕੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਨੇ ਤੇ ਅਸੀਂ ਤੈਨੂੰ ਵਧਾਈ ਦਿੰਦੇ ਸ਼ਹੀਦ ਹੋ ਸਕਦੇ ਨੇ ਪਰ ਜਿਸ ਢੰਗ ਨਾਲ ਤੂੰ ਕਹਿੰਦਾ ਇਹ ਸਭ ਝੂਠ ਹੈ ਤੇ ਫਿਰ ਸੁਚਾਨੰਦ ਉੱਠਿਆ ਕਹਿੰਦਾ ਸੂਬਾ ਸਾਹਿਬ ਇਹਨਾਂ ਨਾਲ ਵਿਚਾਰ ਚਰਚਾ ਦਾ ਸਮਾਂ ਹੀ ਨਹੀਂ ਫਤਵੇ ਦਿਓ ਖਤਮ ਕਰ ਦਿਓ ਜਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਛੱਪਾਂ ਦੇ ਪੁੱਤਰ ਸਪੋਲੀਏ ਹੀ ਹੁੰਦੇ ਨੇ ਇਸ ਤਰ੍ਹਾਂ ਦੀਆਂ ਵਿਚਾਰਾਂ ਦਿੱਤੀਆਂ ਤੇ ਫਿਰ ਗੁਲਸ਼ੇਰ ਮੁਹੰਮਦ ਖਾਨ ਜਿਹੜਾ ਮਰੇੜ ਕੋਟਲੇ ਦਾ ਨਵਾਬ ਸੀ ਉਹ ਉੱਠਿਆ ਤੇ ਸਾਰਿਆਂ ਚ ਸੈਨਾਟਾ ਛਾ ਗਿਆ ਵੀ ਇਹ ਆਪਣੇ ਵੱਲੋਂ ਕੋਈ ਫਤਵਾ ਦੇਵੇਗਾ ਤੇ ਉਹਨੇ ਕਿਹਾ ਸੂਬਾ ਸਾਹਿਬ ਇਹਨਾਂ ਬੱਚਿਆਂ ਦਾ ਕਸੂਰ ਕੀ ਹੈ ਕਹਿੰਦੇ ਮੈਂ ਰੋਜ਼ ਕੁਰਾਨ ਪੜ੍ਹਦਾ ਹਾਂ ਕੁਰਾਨ ਵਿੱਚ ਬੱਚਿਆਂ ਨੂੰ ਕਤਲ ਕਰਨਾ ਬੜਾ ਵੱਡਾ ਗੁਨਾਹ ਲਿਖਿਆ ਹੈ ਤੇ ਤੂੰ ਬਹੁਤ ਵੱਡਾ ਗੁਨਾਹ ਕਰਨ ਚੱਲਿਆ ਹੈ ੜਕ ਗਿਆ ਸੂਬਾ ਕਹਿੰਦਾ ਗੁਲਸ਼ੇਰ ਖਾਨ ਤੂੰ ਡਰ ਗਿਆ ਹੈ ਤੈਨੂੰ ਯਾਦ ਨਹੀਂ ਤੇਰੇ ਸਕੇ ਭਰਾ ਨਾਰ ਖਾਨ ਨੂੰ ਇਨਾਂ ਦੇ ਪਿਤਾ ਨੇ ਤੀਰ ਮਾਰ ਕੇ ਪੌੜੀ ਤੋਂ ਥੱਲੇ ਸੁੱਟ ਦਿੱਤਾ ਸੀ। ਤੈਨੂੰ ਯਾਦ ਨਹੀਂ? ਕਹਿੰਦੇ ਖਿਜਰ ਖਾਨ ਤੇਰੇ ਭਤੀਜੇ ਨੂੰ ਸਹਬਜ਼ਾਦਾ ਜੀਤ ਸਿੰਘ ਨੇ ਮੈਦਾਨੇ ਜੰਦ ਵਿੱਚ ਕਤਲ ਕਰ ਦਿੱਤਾ। ਤੂੰ ਭੁੱਲ ਗਿਆ। ਗਰਜ ਕੇ ਬੋਲਿਆ ਬਲਸ਼ੇਰ ਖਾਨ ਕਹਿੰਦਾ ਮੈਨੂੰ ਸਭ ਕੁਝ ਯਾਦ ਹੈ। ਕਿਤੇ ਇਹਨਾਂ ਦੇ ਪਿਤਾ ਨਾਲ ਟੱਕਰ ਹੋਈ ਤੇ ਮੈਂ ਮੈਦਾਨੇ ਜੰਦ ਵਿੱਚ ਮਿਲਾਂਗਾ ਉਸਨੂੰ। ਮੈਂ ਭੁੱਲਿਆ ਕੁਝ ਨਹੀਂ ਪਾਰਾਤ ਇੱਕ ਕਹਿ ਰਿਹਾ ਨਾ ਕਿ ਇਹ ਉਹਨਾਂ ਦੇ ਪਿਤਾ ਨਾਲ ਜੁੱਧ ਹੋਇਆ ਤੇ ਉਹ ਵੀ ਜੁੱਧ ਜਿਸ ਤਰ੍ਹਾਂ ਹੋਇਆ ਆਪਾਂ ਨੂੰ ਪਤਾ ਹੈ ਤੇ ਗੁਲਸ਼ੇਖਾ ਕਹਿੰਦਾ ਮੈਂ ਤਾਂ ਉਸ ਜਦ ਜੁੱਧ ਵਿੱਚ ਹੈ ਨਹੀਂ ਮੇਰਾ ਪਰਿਵਾਰ ਸੀਗਾ ਜਿੰਨਾ ਪਰਿਵਾਰ ਮੇਰਾ ਗਿਆ ਉੱਥੇ ਸ਼ਹਾਦਤਾਂ ਪਾ ਗਿਆ ਸੂਬਾ ਸਾਹਿਬ ਤੁਸੀਂ ਤੇ ਪਿੱਛੇ ਬੈਠ ਕੇ ਜੁੱਧ ਦੇਖਦੇ ਰਹੇ ਤੁਸੀਂ ਜੁੱਧ ਲੜਿਆ ਹੀ ਨਹੀਂ ਡਰਦੇ ਹੀ ਰਹੇ ਹੁਣ ਸੀਤਾ ਦਿੰਦੇ ਹੋ हां ਕਿਤੇ ਸਮਾਂ ਆਇਆ ਕਹਿੰਦੇ ਇਹਨਾਂ ਦੇ ਪਿਤਾ ਨਾਲ ਦੋ ਹੱਥ ਕਰਾਂਗਾ ਪਰ ਆ ਇੱਕ ਜ਼ੁਲਮ ਹੋਵੇਗਾ ਜਿਹੜਾ ਛੋਟੇ-ਛੋਟੇ ਬੱਚਿਆਂ ਨੂੰ ਤੁਸੀਂ ਸ਼ਹੀਦ ਲੱਗੇ ਜੇ ਕਰ ਲ ਸਾਰ ਇਸ ਨਟਸ ਆ ਗਿਆ ਪਰ ਸੁਚਾਨੰਦ ਫਿਰ ਉੱਠਿਆ ਜਿਸ ਨੂੰ ਪੰਥ ਨੇ ਝੂਠਾ ਆਨੰਦ ਕਿਹਾ ਇਤਿਹਾਸ ਵਿੱਚ ਕਹਿੰਦਾ ਇਹਦੀਆਂ ਗੱਲਾਂ ਵਿੱਚ ਨਾ ਆਇਓ ਤੁਸੀਂ ਆਪਣਾ ਕਾਰਜ ਕਰੋ ਪਰ ਖਾਲਸਾ ਜੀ ਇਹ ਖਾਲਸਾ ਪੰਥ ਦਾ ਹੀ ਇੱਕ ਵੱਡਾ ਪੰਗ ਹੈ ਜੀਨੇ ਪੰਥ ਲਈ ਹਾ ਦਾ ਨਾਰਾ ਵੀ ਮਾਰਿਆ ਨਾ ਅੱਜ ਮਰੇਰਕੋਟ ਦੀ ਧਰਤੀ ਮੁਸਲਮਾਨਾਂ ਦੀ ਬਹੁ ਗਿਣਤੀ ਨਾਲ ਰਮਨੀਕ ਹੈ ਵਸਿਓਏ ਨੇ ਇੱਥੇ ਦੇਸ਼ ਦੀ ਵੰਡ ਸਮੇਂ ਵੀ ਉਹਨਾਂ ਦੀ ਸੰਭਾਲ ਕੀਤੀ ਗਈ ਗੁਰਦੁਆਰਾ ਹਾ ਦਾ ਨਾਰਾ ਬਣਿਆ ਹੋਇਆ ਹੈ ਉਹ ਅੱਜ ਵੀ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ ਨੇ ਰੌ ਵਿਚਾਰ ਜਦੋਂ ਅਨੰਤ ਸੁਚਾਨੰਦ ਨੇ ਇਹ ਗੱਲਾਂ ਕਹੀਆਂ ਤੇ ਫਿਰ ਕਹਿੰਦਾ ਠਹਿਰ ਜਾਓ ਕਹਿੰਦੇ ਬੱਚਿਓ ਤੁਸੀਂ ਬਹੁਤ ਜਜ਼ਬਾਤੀ ਗੱਲਾਂ ਕਰਦੇ ਹੋ ਤੁਸੀਂ ਛੋਟੇਓ ਵਾਲੇ ਤੁਹਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ 7 ਸਾਲ ਦੀ ਉਮਰ ਦੇ ਵਿੱਚ ਹੀ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਤੁਹਾਨੂੰ ਤੇ ਬਹੁਤ ਵੱਡੀਆਂ ਨਵਾਬੀਆਂ ਫੂਰਾ ਦੇਣ ਵਾਲੇ ਨੇ ਵੱਡੀਆਂ-ਵੱਡੀਆਂ ਸਹਿਜਾਦੀਆਂ ਦੇ ਨਾਲ ਤੁਹਾਡੀਆਂ ਸ਼ਾਦੀਆਂ ਹੋਣੀਆਂ ਐ ਤੁਸੀਂ ਕੀ ਗੱਲਾਂ ਕਰਦੇ ਹੋ ਵਡੀਆਂ ਉਮਰਾਂ ਭੋਗ ਕੇ ਤੁਸੀਂ ਸਰਦਾਰੀਆਂ ਭੋਗੋਗੇ ਸਾਬ ਜੱਦੇ ਨੇ ਕਿਹਾ ਵਜੀਦ ਖਾਨ ਤੂੰ ਸਾਨੂੰ ਲਿਖ ਕੇ ਦੇ ਦੇ ਵੀ ਕਦੇ ਮਰਾਂਗੇ ਨਹੀਂ ਤੂੰ ਲਿਖ ਕੇ ਦੇ ਦੇ ਮੈਂ ਵੀ ਨਹੀਂ ਕਦੇ ਮਰਾਂਗਾ ਤੁਸੀਂ ਵੀ ਨਹੀਂ ਕਦੇ ਮਰੋਗੇ ਆਪਾਂ ਇੱਥੇ ਸਦਾ ਹੀ ਰਾਵਾਂਗੇ ਕਹਿੰਦਾ ਮੈਂ ਕਿਵੇਂ ਲਿਖ ਕੇ ਦੇ ਸਕਦਾ ਮਰੇਗਾ ਤਾਂ ਹਰ ਕੋਈ ਕਹਿੰਦਾ ਤੂੰ ਇੱਕ ਸਿਫਰ ਹੋਰ ਵੀ ਲਾ ਦੇ ਅਜ 7 ਸਾਲ ਦੇ ਐ ਨਾ 70 ਸਾਲ ਹੋ ਕੇ ਮਰਾਂਗੇ ਤੇਦੇ ਉਸ ਜਮੀਰ ਦੀ ਮੌਤ ਨੂੰ ਮਾਰ ਕੇ ਜਿਉਣ ਦੀ ਜ਼ਿੰਦਗੀ ਨੂੰ ਅਸੀਂ ਜ਼ਿੰਦਗੀ ਕਹਿੰਦੇ ਹੀ ਨਹੀਂ ਅੱਖ ਨਾਲ ਮਰ ਜਾਣਾ 7 ਸਾਲ ਦੀ ਉਮਰ ਹੀ ਬਹੁਤ ਹੈ ਜਦੋਂ ਇਹ ਗੱਲਾਂ ਸੁਣੀਆਂ ਸਾਰੀ ਕਚਹਿਰੀ ਦੇ ਭਰੇ ਪਤਵੰਤੇ ਜਿੰਨੇ ਸਨ ਉਹ ਵੀ ਸੁਣ ਰਹੇ ਸਨ ਕਿੰਨੀਆਂ ਛੋਟੀਆਂ ਉਮਰਾਂ ਵਾਕਈ ਇਹਨਾਂ ਦਾ ਗੁਰੂ 8 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋ ਕੋ ਕਰ ਦਿਖਾਏ ਨੇ ਇਹ ਇੱਕ ਅਗੰਮੀ ਖੇਡਾਂ ਨੇ ਇਹਨੂੰ ਦੁਨੀਆਵੀ ਬੰਦਾ ਨਹੀਂ ਸਮਝ ਸਕਦਾ ਕਿਹਾ ਗਿਆ ਕਿ ਸੋਚ ਲਾਓ ਨਹੀਂ ਤੇ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਤੁਹਾਨੂੰ ਮਾਰ ਦਿੱਤਾ ਐਸੀ ਮੌਤ ਮਾਰਿਆ ਜਾਏਗਾ ਜੀ ਤੂੰ ਕਦੇ ਸੋਚੀ ਵੀ ਨਹੀਂ ਹੋਣੀ ਕਦੇ ਤੁਹਾਡੇ ਖਵਾਬ ਵਿੱਚ ਵੀ ਨਹੀਂ ਹੋਣੀ ਸਹਿਬ ਜੱਦਾ ਜੋਰਾਵਰ ਸਹਿਬ ਕਹਿੰਦਾ ਸੂਬਾ ਸਾਹਿਬ ਕਦੇ ਆਪਣੀ ਮੌਤ ਬਾਰੇ ਵੀ ਸੋਚਿਆ ਕਿ ਮੇਰੀ ਮੌਤ ਕਿਵੇਂ ਹੋਣੀ ਆ ਠੀਕ ਹੈ ਤੂੰ ਇੱਕ ਜੰਗ ਵਿੱਚੋਂ ਆਪਣੀਆਂ ਜੋਤੀਆਂ ਨਾਲ ਕੈਰਤਾ ਦੇ ਨਾਲ ਆਪਣੀ ਜਾਨ ਬਚਾਈ ਹੈ ਤੇ ਜੇ ਤੂੰ ਹੁਣ ਕਹੇ ਕਿ ਤੂੰ ਇੱਥੇ ਬੈਠਾ ਰਹੇਂਗਾ ਸਾਡੀ ਮੌਤ ਨੂੰ ਛੱਡ ਤੋਂ ਸਾਨੂੰ ਪਤਾ ਹੈ ਕਿ ਸਾਡੀ ਮੰਜ਼ਿਲ ਬਹੁਤ ਨੇੜੇ ਐ ਜਿਹਨੂੰ ਤੁਸੀਂ ਮੌਤ ਕਹਿੰਦੇ ਹੋ ਇਹ ਸਾਡਾ ਇੱਕ ਪੜਾਅ ਐ ਦਾਦਾ ਗੁਰੂ ਦੀ ਗੋਦ ਵਿੱਚ ਜਾਣ ਵਾਸਤੇ ਸਾਨੂੰ ਇਹ ਰਸਤਾ ਮਨਜ਼ੂਰ ਹੈ ਕਹਿੰਦੇ ਫੇਰ ਸੋਚ ਲੋ ਦਾਦੀ ਮਾਂ ਦੇ ਨਾਲ ਵਿਚਾਰ ਕਰ ਲਿਓ ਜਦੋਂ ਨਹੀਂ ਮੰਨੇ ਫਿਰ ਫਤਵਾ ਕੀ ਦਿੱਤਾ ਕਹਿੰਦੇ ਕੱਲ ਨੂੰ ਅੱਜ ਕਿਉਂ ਨਹੀਂ ਕੀਤਾ ਕਿ ਅੱਜ ਦੀ ਰਾਤ ਰਹਿਣ ਦਿਓ ਸ਼ਾਇਦ ਮਾਤਾ ਨੂੰ ਵੀ ਸਾਰੀਆਂ ਜਾ ਕੇ ਗੱਲਾਂ ਦੱਸਣਗੇ ਤੇ ਪਤਾ ਚਲ ਜਾਏਗਾ ਕਹਿੰਦੇ ਕੱਲ ਨੂੰ ਤੁਹਾਨੂੰ ਕਾਜੀ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ ਜਿੱਦੀ ਹਕੂਮਤ ਹੋਵੇ ਨਾ ਅਦਾਲਤਾਂ ਵੀ ਉਹਦੀਆਂ ਹੁੰਦੀਆਂ ਕੋਰਟ ਵੀ ਉਹਦੇ ਹੁੰਦੇ ਨੇ ਤੇ ਉਹ ਫਿਰ ਕੋਟਾਂ ਦਾ ਸਹਾਰਾ ਲੈ ਲੈਂਦੇ ਵੀ ਕੋਰਟ ਦਾ ਹੁਕਮ ਆ ਗਿਆ ਜੀ ਹੁਣ ਤੇ ਤੁਹਾਨੂੰ ਮੰਨਣਾ ਹੀ ਪੈਣਾ ਹੈ ਕੋਰਟ ਦੀ ਲੰਘਣਾ ਕਿਵੇਂ ਕਰੋਗੇ ਤੇ ਕਾਨੂੰਨ ਦੀ ਲੰਘਣਾ ਹੋ ਗਈ ਇਹ ਤੇ ਸੰਵਿਧਾਨ ਦੀ ਲੰਘਣਾ ਹੋ ਗਈ ਇਹ ਗੱਲਾਂ ਹੁੰਦੀਆਂ ਨੇ ਅੱਜ ਵੀ ਹੋ ਰਹੀਆਂ ਐ ਸਾਤਸੰਗ ਜੀ ਕਿਹਾ ਗਿਆ ਕਾਜੀ ਨੂੰ ਕਾਜੀ ਕੌਣ ਸੀ ਜੱਜ ਵੀ ਤੂੰ ਦੱਸ ਕੀ ਕਰਨਾ ਚਾਹੀਦਾ ਸਮਝਾਇਆ ਤੇ ਪਹਿਲਾਂ ਹੀ ਸੀ ਜੱਜ ਤੇ ਆਪਦਾ ਹੀ ਨਿਯੁਤ ਕੀਤਾ ਹੋਇਆ ਸੀ ਨਾ ਕਰੀਬੀ ਬੰਦਾ ਜੱਜ ਸੀ ਕਹਿੰਦਾ ਜੀ ਇਹਨਾਂ ਨੇ ਸ਼ਰਿਆਤ ਦੀ ਲੰਗਣਾ ਕੀਤੀ ਹੈ ਹਕੂਮਤ ਦੇ ਹਾਕਮ ਦਾ ਹੁਕਮ ਨਹੀਂ ਮੰਨਿਆ ਤੇ ਆਪਣੇ ਬੋਲਾਂ ਦੇ ਨਾਲ ਤੋਹੀਨ ਕੀਤੀ ਹੈ ਇਸ ਕਰਕੇ ਜਿਹੜੀ ਸ਼ਰੀਅਤ ਹੈ ਇਹ ਇਹਨਾਂ ਨੂੰ ਹੁਕਮ ਦਿੰਦੀ ਹੈ ਫਤਵਾ ਦਿੰਦੀ ਹੈ ਕਿ ਇਹਨਾਂ ਨੂੰ ਜਿਉਂਦਿਆਂ ਨੂੰ ਹੀ ਦੀਵਾਰਾਂ ਵਿੱਚ ਚਿੰਨ ਦਿੱਤਾ ਜਾਏ ਤੇ ਸੂਬੇ ਨੇ ਸਭ ਜ਼ਿਲ੍ਹਾਦਾਂ ਵੱਲ ਨਿਗਾਹ ਮਾਰੀ ਵੀ ਕੌਣ ਭਾਈ ਇਹ ਕਾਰਜ ਕੌਣ ਕਰੂਗਾ ਸਭ ਨੀਵੀਆਂ ਪੈ ਗਈਆਂ ਦੋ ਜ਼ਿਲ੍ਹਾਦ ਉੱਠੇ ਜਿਨ੍ਹਾਂ ਦੇ ਉੱਪਰ ਮੁਕੱਦਮੇ ਸੀ ਇਸੇ ਸ਼ਰੀਅਤ ਦੇ ਵਿੱਚ ਉਹਨਾਂ ਨੇ ਕਿਹਾ ਜੇ ਸਰਕਾਰ ਸਾਡੇ ਮੁਕਦਮੇ ਚੋਂ ਬਰੀ ਕਰ ਦੇਵੇ ਜਲਾਦ ਤੇ ਜਲਾਦ ਹੀ ਹੁੰਦੇ ਹਨ ਤੇ ਅਸੀਂ ਇਹ ਕੰਮ ਕਰਾਂਗੇ ਜਿਉਂਦਿਆਂ ਨੂੰ ਨੀਆਂ ਚ ਚਿੰਨ ਦੇਾਂਗੇ ਤੇ ਸਹਿਬਜ਼ਾਦਾ ਫਤੇਹ ਸਿੰਘ ਬਾਬਾ ਜੁਝਾਰ ਸਿੰਘ ਕਹਿੰਦੇ ਵੀ ਹੁਣ ਲਾੜੀ ਮੌਤ ਨੂੰ ਵਿਆਹਣਾ ਤੇ ਕੋਈ ਵਿਚੋਲਾ ਤਾਂ ਚਾਹੀਦਾ ਹੀ ਸੀ ਨਾ ਆ ਦੋ ਵਿਚੋਲੇ ਉੱਠੇ ਨੇ ਜਿਨ੍ਹਾਂ ਨੇ ਆਪਣਾ ਇਹ ਕਾਰਜ ਕਰ ਦੇਣਾ ਹੈ ਤੇ ਇਹਨਾਂ ਨੂੰ ਵਧਾਈ ਦੇਣੀ ਚਾਹੀਦੀ ਵੀ ਤੁਸੀਂ ਵਿਚੋਲਿਆਂ ਨੂੰ ਵੀ ਸ਼ਾਬਾਸ਼ ਦਿੰਦੇ ਆ ਨਾਬਿਆਂਾਂ ਵਿੱਚ ਕਹਿੰਦੇ ਇਹਨਾਂ ਨੂੰ ਵੀ ਵਧਾਈ ਦੇਣੀ ਚਾਹੀਦੀ ਸਾਡਾ ਕਾਰਜ ਇਹਨਾਂ ਨੇ ਫਤਿਹ ਕਰਨਾ ਹੈ ਕਚਹਿਰੀ ਸਮਾਪਤ ਕਰਤੀ ਜਾਓ ਮਾਤਾ ਜੀ ਕੋ ਲੈ ਜਾਵੇ ਇਹਨਾਂ ਨੂੰ ਪਰ ਕੱਲ ਨੂੰ ਆਉਂਦੇ ਹੀ ਪੁੱਛ ਲਿਓ ਰਸਤੇ ਵਿੱਚ ਹੀ ਪੁੱਛ ਲਿਓ ਕਚਹਿਰੀ ਸਜੇਗੀ ਪਰ ਜੇ ਨਾਮ ਨੇ ਬਹੁਤਾ ਜਵਾਬ ਸਵਾਲ ਨਹੀਂ ਹੋਵੇਗਾ ਚਲੇਗੇ ਵਾਪਸ ਤੇ ਦੌੜ ਕੇ ਪੌੜੀਆਂ ਚੜੇ ਬੁਰਜ ਦੀਆਂ ਜਿਵੇਂ ਸਕੂਲ ਵਿੱਚੋਂ ਕੋਈ ਬੱਚਾ ਫਰਸਟ ਆ ਜਾਵੇ ਨਾ ਤੇ ਉਹ ਮਾਂ ਵੱਲ ਦੌੜਦਾ ਮਾਂ ਆਹ ਦੇਖ ਮੈਂ ਕਿੰਨੇ ਨੰਬਰ ਲੈ ਕੇ ਆਇਆ ਇੱਕ ਤੋਂ ਦੂਜਾ ਕਾਲਾ ਦੱਸਣ ਵਾਸਤੇ ਦਾਦੀ ਮਾਂ ਅੱਜ ਜੋ ਉਹਨਾਂ ਨੇ ਗੱਲਾਂ ਕਈਆਂ ਸੀ ਮੂੰਹ ਤੋੜ ਜਵਾਬ ਦਿੱਤੇ ਨੇ ਤੇ ਕਈਆਂ ਉਹ ਹੀ ਮਾਂ ਜਿਹੜੀਆਂ ਤੂੰ ਸਾਨੂੰ ਸਮਝਾਈਆਂ ਸੀ ਨਾ ਉਹਦੇ ਵਿੱਚ ਉਹ ਸਾਰੇ بڑے ਨੰਬਰ ਲੈ ਕੇ ਆਏ ਦੇਖ ਇਹ ਦੂਜਾ ਦੱਸਦਾ ਦੂਜੀ ਗੱਲ ਦੂਜਾ ਦੱਸਦਾ ਤੇ ਮਾਂ ਛਾਤੀ ਨਾਲ ਲਾ ਕੇ ਕਹਿੰਦੀ ਸ਼ਾਬਾਸ਼ ਪੁੱਤਰੋ ਤੇ ਅਖੀਰ ਨੂੰ ਦੱਸਿਆ ਮਾਂ ਕੱਲ ਨੂੰ ਇਹਨਾਂ ਨੇ ਕਿਹਾ ਕਿ ਜਿਉਂਦਿਆਂ ਨੂੰ ਨੀਂਆ ਵਿੱਚ ਣ ਦੇਣਾ ਤੇ ਜੋ ਤੂਫਾਨ ਝੁੱਲ ਰਿਹਾ ਸੀ ਜ਼ੁਲਮ ਦਾ ਮਾਤਾ ਜੀ ਸਮਝ ਗਏ ਕਿ ਇਹ ਤੇ ਹੁਣ ਅੱਜ ਦੀ ਆਖਰੀ ਰਾਤ ਹੈ ਮੇਰੇ ਕੋਲ ਮਾਤਾ ਨੇ ਉਸੇ ਤਰ੍ਹਾਂ ਪਾਠ ਕੀਤਾ ਵੱਡੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਨਾਈਆਂ ਉਤਸ਼ਾਹ ਭਰਿਆ ਤੇ ਨਾਲ ਕਿਹਾ ਕਿ ਅੱਜ ਸਮਝੋ ਤੁਸੀਂ ਆਪਣੇ ਦਾਦਾ ਪਿਤਾ ਦੀ ਝੋਲੀ ਵਿੱਚ ਜਾ ਕੇ ਬੈਠੋਗੇ ਸਜੋਗੇ ਤੇ ਇੱਥੇ ਸੰਸਾਰ ਵਿੱਚ ਵੀ ਜੈਜੈਕਾਰ ਹੋਵੇਗਾ ਇਸੇ ਚਾਹ ਦੇ ਨਾਲ ਇਸੇ ਮਾਹ ਦੇ ਨਾਲ ਸਾਧ ਸੰਗ ਜੀ ਏਡਾ ਵੱਡਾ ਜ਼ੁਲਮ ਦਾ ਕਹਿਰ ਹੋਵੇ ਤੇ ਪੋਤਰਿਆਂ ਤੇ ਦਾਦੀ ਵਿੱਚ ਜੋ ਵਾਰਤਾ ਲਾਪ ਹੋ ਰਹੀ ਉਹ ਵੱਖਰੀ ਕਿਸਮ ਦੀ ਹੋਵੇ ਇਹ ਗੁਰੂ ਨਾਨਕ ਦਾ ਦਰ ਹੈ ਕੋਈ ਨਹੀਂ ਕਰ ਸਕਦਾ ਕਥਾ ਕਹਾਣੀਆਂ ਕਹਿ ਲੈਣੀਆਂ ਸੌਖੀਆਂ ਪਰ ਸਿਰਜਣੀਆਂ ਬੜੀਆਂ ਔਖ ਨੇ ਸਵੇਰ ਦਾ ਦਿਨ ਚੜਿਆ ਫਿਰ ਸਿਪਾਈ ਆਏ ਕਚਹਿਰੀ ਚ ਲੈ ਗਏ ਤੇ ਗੱਲਾਂ ਫੇਰ ਹੋਈ ਨੇ ਤੇ ਕਿਹਾ ਗਿਆ ਕਿ ਇਹਨਾਂ ਨੂੰ ਹੁਣ ਦੀਵਾਰਾਂ ਵਿੱਚ ਉਂਡ ਦਿਓ ਸਾਸੰਗ ਜੀ ਦੀਵਾਰਾਂ ਵਿੱਚ ਜਿੰਨ ਕੇ बेहोश ਹੋਇਆਂ ਨੂੰ ਕਤਲ ਕਰਕੇ ਸ਼ਹੀਦ ਕਰ ਦਿੱਤਾ ਪਰ ਇਸੇ ਸਰੰਦ ਦੀ ਇਟਨਾ ਇਟ ਖੜਕਾਈ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲਾਂ ਦੇ ਵਿੱਚ ਇਟਨੇ ਇਟ ਖੜਕਾ ਦਿੱਤੀ ਜਿਹੜੀਆਂ ਨੀਆਂ ਦੇ ਵਿੱਚ ਸਹਬਜ਼ਾਦਿਆਂ ਦਾ ਖੂਨ ਪਿਆ ਉਹਦਾ ਨਾਮ ਫਤੇਗੜ ਸਾਹਿਬ ਰੱਖਿਆ ਫਤੇਗੜ ਸਾਹਿਬ ਸਿੱਖ ਰਾਜ ਦਾ ਇੱਥੇ ਨਿਸ਼ਾਨ ਚਲਾਇਆ ਸਭ ਤੋਂ ਪਹਿਲਾਂ ਬਾਬਾ ਬਨੋਦ ਸਿੰਘ ਨੂੰ ਇੱਥੋਂ ਦਾ ਚੌਧਰੀ ਥਾਪਿਆ ਬਾਬਾ ਬਨੋਦ ਸਿੰਘ ਨੂੰ ਰਾਜਾ ਥਾਪਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਗੁਰੂ ਨਾਨਕ ਨਾਮ ਦਾ ਸਿੱਕਾ ਚਲਾਇਆ ਸਭ ਤੋਂ ਪਹਿਲਾਂ ਐਲਾਨ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿ ਜੋ ਪੰਜਾਬ ਦੇ ਵਿੱਚ ਹਿੰਦੇ ਵਿੱਚ ਖੇਤਾਂ ਦੇ ਮਜਾਰੇ ਨੇ ਉਹ ਮਾਲਕ ਹੋਣਗੇ ਮਾਲਕ ਅੱਜ ਦੀ ਮਲਕੀਤ ਦਿੱਤੀ ਹੈ ਨਾ ਅੱਜ ਕਿਸਾਨ ਵੇਚੇ ਨੇ ਸਰਦਾਂ ਤੇ ਇਹ ਮਲਕੀਤ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਇਹ ਮਲਕੀਤ ਫੇਰ ਖੋਣੀ ਚਾਹੁੰਦੇ ਨੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਦੇ ਦਿੱਤੀ ਤੇ ਕੁਝ ਘਰਾਣਿਆਂ ਨੂੰ ਫੇਰ ਇਹ ਮਲਕੀਤ ਖੋ ਕੇ ਉਹਨਾਂ ਨੂੰ ਦੇ ਦਿੱਤੀ ਜਾਵੇ ਤੇ ਇਹ ਫੇਰ ਉਸੇ ਤਰ੍ਹਾਂ ਦੇ ਮਜਾਰੇ ਬਣੇ ਰਹਿਣ ਇਹ ਰਾਜ ਦੀ ਇੱਕ ਨੀਤੀ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਤੇ ਰਾਜ ਕਰਨਾ ਹੈ ਉਹਨਾਂ ਨੂੰ ਸਿਰ ਨਾ ਚੁੱਕਣ ਦਿਓ ਪਰ ਤਨ ਗੁਰੂ ਕੇ ਸਾਹਿਬਜ਼ਾਦਿਆਂ ਨੇ ਜਿੱਥੇ ਸ਼ਹਾਦਤ ਦੇ ਕੇ ਮਹੱਲ ਖੜੇ ਕੀਤੇ ਨੇ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਤੇ ਇਤਿਹਾਸ ਗਵਾਹ ਜਿੱਥੇ ਕਬਰ ਬਣੀ ਹੈ ਨਾ ਵਜੀਦ ਖਾਨ ਦੀ ਉੱਥੇ ਕੁੱਤਿਆਂ ਦੀ ਵਿਸ਼ਟਾ ਹੈ ਉਹਦੀ ਸਫਾਈ ਕਰਨ ਵਾਲਾ ਕੋਈ ਨਹੀਂ ਤੇ ਅੱਜ ਦੇ ਦਿਨ ਤੁਸੀਂ ਫਤਿਹਗੜ੍ਹ ਸਾਹਿਬ ਜਾ ਕੇ ਮੱਥਾ ਟੇਕਣਾ ਹੋਵੇ ਨਾ ਤੇ ਸਵੇਰ ਦੇ ਖੜਿਆਂ ਨੂੰ ਦੁਪਹਿਰਾਂ ਲੰਘ ਜਾਣੀਆਂ ਫੇਰ ਵਾਰੀ ਆਏਗੀ ਮੱਥਾ ਟੇਕਣ ਦੀ ਇੰਨੀਆਂ ਲੰਮੀਆਂ ਲਾਈਨਾਂ ਲੱਗੀਆਂ ਨੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਸਿੱਖ ਸ਼ਰਧਾਲੂਆਂ ਦੀ ਹੜ ਆ ਜਾਂਦਾ ਉੱਥੇ ਨਮਸਕਾਰਾਂ ਕਰਨ ਨੂੰ ਕਿ ਇੱਕ ਵਾਰੀ ਉਹਨਾਂ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਆਪਣਾ ਮਸਤਕ ਇਸ ਧਰਤੀ ਤੇ ਲਾ ਕੇ ਨਮਸਕਾਰ ਕਰ ਦਈਏ ਤਾਂ ਅਸੀਂ ਧੰਨ ਹੋ ਜਾਈਏ ਦੁਨੀਆ ਦਾ ਕੋਈ ਕਾਰਜ ਛੁੱਟ ਜਾਵੇ ਬਹੁਤ ਸਾਰੇ ਪਰਿਵਾਰਾਂ ਦੀ ਸ਼ਰਧਾ ਬਣੀ ਹੈ ਕਿ ਇਹ ਦਿਹਾੜਾ ਨਹੀਂ ਛੁੱਟਣਾ ਚਾਹੀਦਾ ਇਸ ਦਿੱਤੇ ਜਰੂਰ ਜਾ ਕੇ ਗੁਰੂ ਕੇ ਸਾਹਿਬ ਜੱਜਾ ਨੂੰ ਨਮਸਕਾਰ ਕਰਨੀ ਚਾਹੀਦੀ ਸਾਧ ਸੰਗਤ ਜੀ ਸਾਹਿਬ ਜੱਜਾ ਦੇ ਸ਼ਹੀਦ ਹੋ ਗਏ ਮਾਤਾ ਜੀ ਪਾਸਨੀਆ ਪੁੱਜਿਆ ਬਹੁਤ ਸਾਰੇ ਭੂਲੜ ਲਖਾਰੀਆਂ ਲਿਖਿਆ ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰ ਦਿੱਤੀ ਮਾਤਾ ਬੁਜਦਿਲ ਸੀ ਕਲਗੀਧਰ ਪਾਤਸ਼ਾਹ ਜੀ ਕੀ ਲਿਖਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿੱਥੇ ਭੌ ਭਗਤੀ ਦੇ ਵਿੱਚ ਸਪੰਨ ਸਨ ਮੇਰੇ ਮਾਤਾ ਪਿਤਾ ਜੀ ਤਾਤ ਮਾਤਮ ਉਿਲਖਾ ਰਾਦਾ ਬੋ ਵਿਦਯੋਗ ਸਾਧਨਾ ਸਾਧਾ ਕਹਿੰਦੇ ਉਥੇ ਯੋਗ ਸਾਧਨਾ ਨੂੰ ਵੀ ਜਾਣਦੇ ਸਨ ਉਸ ਯੋਗ ਸਾਧਨਾਂ ਦੇ ਰਹੀ ਮਾਤਾ ਜੀ ਨੇ ਦਸਮ ਦਵਾਰ ਵਿੱਚ ਆਪਣੇ ਸਵਾਸ ਚੜਾਏ ਬ੍ਰਹਮੰਗ ਨਾੜੀ ਤੋੜ ਕੇ ਆਪਣੇ ਸਵਾਸ ਤਿਆਗ ਦਿੱਤੇ ਦਸਮ ਦੁਆਰ ਦੇ ਸਿਰ ਦੇ ਵਿੱਚੋਂ ਜਦੋਂ ਬ੍ਰਹਮਾ ਮਾ ਫਟਦੀ ਹੈ ਨਾ ਤੇ ਸੀਸ ਵਿੱਚ ਸਿਰ ਵਿੱਚ ਜ਼ਖਮ ਹੋ ਜਾਂਦਾ ਤੇ ਇਹ ਕਹਿੰਦੇ ਨੇ ਥੱਲੇ ਡਿੱਗਣ ਦੇ ਨਾਲ ਮਾਤਾ ਦੇ ਸਿਰ ਵਿੱਚ ਜ਼ਖਮ ਹੋ ਗਿਆ ਇਹ ਭੁੱਲਰ ਲੋਕ ਨੇ ਪਰ ਤਨ ਮਾਤਾ ਮਾਤਾ ਨੇ ਕਿਹਾ ਸੀ ਬੱਚਿਆਂ ਨੂੰ ਪਹਿਲਾਂ ਹੀ ਮੈਂ ਤੁਹਾਡੇ ਪਿੱਛੇ ਹੀ ਆਵਾਂਗੇ ਮਾਤਾ ਜੀ ਵੀ ਪ੍ਰਲੋਕ ਸੁਧਾਰ ਗਏ ਵਿਚੋਂ ਵੇਖੋ ਗੱਡੀਆਂ ਵੱਡੀਆਂ ਕੁਰਬਾਨੀਆਂ ਬਾਬਾ ਟੋਡਰਮਲ ਬਾਬਾ ਸ਼ੌਦਮੇ ਇਸ ਵਕਤ ਤੇ ਕਹਿਣਾ ਇਹ ਸਤਕਾਰ ਯੁਗ ਲਫਜੈਕ ਬਾਬਾ ਟੋਡਰਮਲ ਦੀ ਤੁਸੀਂ ਵਿਥਿਆ ਪੜ ਲਾਓ ਜੀਦ ਖਾਨ ਦੇ ਪਾਸ ਗਿਆ ਕਹਿੰਦੇ ਤੂੰ ਜੋ ਕੁਝ ਕਰਨਾ ਸੀ ਕਰ ਦਿੱਤਾ ਹੁਣ ਇਹਨਾਂ ਗੁਰੂ ਕੇ ਲਾਲਾਂ ਦਾ ਮੈਨੂੰ ਸੰਸਕਾਰ ਕਰ ਲੈਣ ਦਿਓ ਕਹਿੰਦੇ ਕਰ ਲੈ ਜਿੰਨੀ ਧਰਤੀ ਚਾਹੀਦੀ ਐ ਤੈਨੂੰ ਸਿਸ਼ਕਾਰ ਕਰਨ ਵਾਸਤੇ ਉਹਨੀਆਂ ਦੇ ਉੱਪਰ ਮੋਹਰਾਂ ਵਿਸ਼ਾ ਕੇ ਤੂੰ ਧਰਤੀ ਮੁੱਲ ਲੈ ਲਾ ਤੇ ਉਸ ਧਰਤੀ ਤੇ ਤੂੰ ਸਿਸ਼ਕਾਰ ਕਰ ਸਕਦਾ ਕਿੰਨੀ ਬਦਨੀयत ਆਏ ਕਿੱਡੀਆਂ ਘਣਾਉਣੀਆਂ ਅੰਦਰ ਦੇ ਵਿੱਚ ਸੋਚਾਂ ਭਰੀਆਂ ਪਈਆਂ ਨੇ ਔਰ ਧੰਨ ਬਾਬਾ ਟੋਡਰ ਰਾਮਲ ਜਦੋਂ ਮੋਹਰਾਂ ਚੈਨ ਲੱਗਾ ਕਹਿੰਦੇ ਆਏ ਨਹੀਂ ਮੋਹਰਾਂ ਵਿਸ਼ਾਉਣੀਆਂ ਨਹੀਂ ਖੜੀਆਂ ਕਰਨੀਆਂ ਤੇ ਫਿਰ ਬਾਬਾ ਟੋਡਰਮਲ ਨੇ ਘਰ ਦੀਆਂ ਔਰਤਾਂ ਦੇ ਗਹਿਣਿਆਂ ਤੱਕ ਵੇਚ ਕੇ ਸਾਰੀ ਧਰਤੀ ਇਹ ਖਰੀਦੀ ਤੇ ਇਤਿਹਾਸ ਲਿਖਦਾ ਹੈ ਕਿ ਦੁਨੀਆ ਤੋਂ ਸਭ ਤੋਂ ਮਹਿੰਗੀ ਧਰਤੀ ਹੈ ਕੋਈ ਨਹੀਂ ਮਹਿੰਗੀ ਧਰਤੀ ਨਹੀਂ ਜਿੱਥੇ ਜੋਤੀ ਸਰੂਪ ਸਥਾਨ ਹੈ ਨਾ ਸਾਧ ਸੰਗਤ ਇਨੀ ਮਹਿੰਗੀ ਧਰਤੀ ਉੱਥੇ ਬਾਬਾ ਟੋਡਰਮਲ ਨੇ ਸੰਸਕਾਰ ਕੀਤਾ ਮਾਤਾ ਜੀ ਦਾ ਸਹਿਬਜਾਦਿਆਂ ਦਾ ਇਸ ਦੇ ਬਾਵਜੂਦ ਧਰਤੀ ਮੁੱਲ ਖਰੀਦੀ ਬਹੁਤ ਮਹਿੰਗੀ ਸੋਨੇ ਦੇ ਭਾਅ ਧਰਤੀ ਲਈ ਫੇਰ ਵੀ ਬਾਬਾ ਟੋਡਰਮਲ ਦੇ ਸਮੁੱਚੇ ਪਰਿਵਾਰ ਨੂੰ ਕੋਹਲੂਆਂ ਚ ਪੀੜ ਪੀੜ ਕੇ ਬਹੁਤ ਭਾਰੀ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਇੱਥੇ ਮਾਤਾ ਜੀ ਨੂੰ ਸਹਿਬਜ਼ਾਦਿਆਂ ਨੂੰ ਨਮਸਕਾਰ ਹੈ ਉੱਥੇ ਬਾਬਾ ਮੋਤੀ ਮਹਿਰਾ ਉੱਥੇ ਬਾਬਾ ਟੋਡਰਮਲ ਉਹਨਾਂ ਦੇ ਵੀ ਬਹੁਤ ਵੱਡੀ ਕਮਾਈ ਨੂੰ ਕੁਰਬਾਨੀ ਨੂੰ ਹੌਸਲੇ ਨੂੰ ਸਿੱਖ ਪੰਥ ਸਜਦਾ ਕਰਦਾ ਹੈ ਨਮਸਕਾਰ ਕਰਦਾ ਹੈ ਤੇ ਦੂਸਰਾ ਪਾਸਾ ਜਿਹੜੀ ਦਾਸ ਨੇ ਬੇਨਤੀ ਕੀਤੀ ਹੈ ਸਾਧ ਸੰਗਤ ਜੀ ਜਦੋਂ ਕਲਗੀਧਰ ਪਾਲਸ਼ਾ ਨੇ ਬੰਦਾ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਇਸ ਧਰਤੀ ਤੇ ਭੇਜਿਆ ਸੀ ਤੇ ਪੰਜਾਬ ਵਿੱਚ ਵਸਣ ਵਾਲੇ ਬਹੁਤ ਸਾਰੇ ਸਿੱਖ ਜਰਨੈਲਾਂ ਨੂੰ ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਗੁਰਮਖ ਸਿੰਘ ਜੀ ਇਹ ਤਾਂ ਅਦਕ ਬਹੁਤ ਸਾਰੇ ਹੋਰ ਜੁੱਧ ਦੇ ਨਪੁੰਨ ਖਟਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਉਹ ਬੰਦਾ ਸਿੰਘ ਦਾ ਸਾਥ ਦੇਣਾ ਹੈ ਬੰਦਾ ਸਿੰਘ ਨੇ ਇਥੋਂ ਬਨੂੜ ਤੋਂ ਹੁੰਦਿਆਂ ਹੋਇਆਂ ਜਿੱਥੇ ਛੋਟੀਆਂ-ਛੋਟੀਆਂ ਇਹਨਾਂ ਦੀਆਂ ਛੌਣੀਆਂ ਸਨ ਵਜੀਦੇ ਦੀਆਂ ਉਹ ਸਾਰੀਆਂ ਫਤਿਹ ਕੀਤੀਆਂ ਛੱਪੜ ਛਿੜੀ ਇੱਕ ਛੱਪੜ ਸੀ ਬਹੁਤ ਭਾਰੀ ਤੇ ਛਿੜੀ ਸੀ ਉੱਥੇ ਦਰਖਤਾਂ ਦੀ ਚਿੜੀ ਉਹਦਾ ਨਾਂ ਹੌਲੀ-ਹੌਲੀ ਚੱਪੜ ਚਿੜੀ ਬਣ ਗਿਆ ਉਸ ਛੱਪੜ ਚਿੜੀ ਤੇ ਜਾ ਕੇ ਬੰਦਾ ਸਿੰਘ ਬਹਾਦਰ ਤੇ ਹੋਰ ਬਹੁਤ ਸਾਰੀਆਂ ਫੌਜਾਂ ਇਕੱਠੀਆਂ ਹੋਈਆਂ ਸਿੱਖ ਜਰਨੈਲ ਇਕੱਠੇ ਹੋਏ ਬੰਦਾ ਸਿੰਘ ਕਹਿੰਦਾ ਵੀ ਆਪਾਂ ਚੁੱਪਚੀ ਬੀਤੇ ਸਰਾਂਤ ਤੇ ਨਹੀਂ ਚੜਨਾ ਇਹ ਆਪਣਾ ਜੋਰ ਲਾ ਲਵੇ ਉਥੋਂ ਇੱਕ ਚਿੱਠੀ ਲਿਖੀ ਬੰਦਾ ਸਿੰਘ ਨੇ ਜੀਤਖਾਨ ਕਲਗੀਧਰ ਪਾਤਸ਼ਾਹ ਦਾ ਦਲ ਫੌਜਾਂ ਸਮੇਤ ਤੇਰੇ ਤੇ ਚੜ੍ਹਾਈ ਕਰਨ ਵਾਲਾ ਹੈ ਤੂੰ ਆਪਣੀ ਤਿਆਰੀ ਕਰ ਲੈ ਅਸੀਂ ਛੱਪੜਚੜੀ ਪਹੁੰਚ ਚੁੱਕੇ ਆ ਜਦੋਂ ਵਜੀਦ ਕੋਲੇ ਸਨੇਹਾ ਪੁੱਜਿਆ ਉਹਨੇ ਆਪਣੇ ਲਸ਼ਕਰ ਤਿਆਰ ਕੀਤੇ ਫੌਜਾਂ ਤਿਆਰ ਕੀਤੀਆਂ ਕਹਿੰਦਾ ਸਰਹੰਦ ਤੋਂ ਪਹਿਲਾਂ ਹੀ ਘੇਰ ਕੇ ਇਹਨਾਂ ਨੂੰ ਮਾਰ ਮੁਕਾ ਦਿਓ ਸਾਧ ਸੰਗ ਜੀ ਤੇ ਮੌਕੇ ਤੇ ਦਲ ਇਕੱਠਾ ਹੋਇਆ ਸੀ ਨਾ ਬਾਬਾ ਬੰਦਾ ਸਿੰਘ ਦੇ ਨਾਲ ਤਾਂ ਪਰ ਦੂਜੇ ਪਾਸੇ ਤਾਂ ਉਹ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਘੇਰੇ ਪਾਏ ਸਨ ਜਿੱਤ ਦੇ ਜਸ਼ਨ ਮਨਾਉਂਦੇ ਸਨ ਉਹ ਫੌਜਾਂ ਸਨ ਬਹੁਤ ਭਾਰੀ ਮੁਕਾਬਲਾ ਹੋਇਆ ਸਾਧ ਸੰਗ ਜੀ ਇੱਥੇ ਇਤਿਹਾਸ ਦੱਸਦਾ ਹੈ ਕਿ 6500 ਸਿੱਖ ਸ਼ਹੀਦ ਹੋਏ ਬਾਬਾ ਬੰਦਾ ਸਿੰਘ ਦੀ ਅਗਵਾਈ 'ਚ ਜੁੱਧ ਕਰਦੇ ਆਇਆ ਐਵੇਂ ਨਹੀਂ ਜੋ ਦਿੱਤੇ ਆ ਗਿਆ ਅਖੀਰ ਬੰਦਾ ਸਿੰਘ ਨੇ ਆਪ ਕਮਾਨ ਸੰਭਾਲ ਕੇ ਤੇ ਫਿਰ ਵਜੀਦ ਖਾਨ ਦੇ ਟੁਕੜੇ ਕੀਤੇ ਇੱਥੋਂ ਤੱਕ ਦੱਸਿਆ ਕਿ ਇਸ ਵਜੀਦ ਨੂੰ ਜਿਹੜਾ ਇੱਥੇ ਬੈਠ ਕੇ ਜ਼ੁਲਮੀ ਹੁਕਮ ਕਰਦਾ ਸੀ ਫਤਵੇ ਸੁਣਾਉਂਦਾ ਸੀ ਉਹਨੂੰ ਬੈਲਾ ਮਗਰ ਪਾ ਕੇ ਕੜੀਸ ਕੜੀਸ ਕੇ ਸਾਰੀ ਸਰਹੰਦ ਦੇ ਵਿੱਚ ਢੰਡੋਰੇ ਪਿੱਟ ਪਿੱਟ ਕੇ ਕਿਹਾ ਕਿ ਆਓ ਕੋਈ ਵਜੀਦ ਖਾਨ ਦੀ ਕਬਰ ਬਣਾ ਸਕਦਾ ਤਾਂ ਬਣਾਓ ਕੋਈ ਨਹੀਂ ਉੱਠਿਆ ਸਾਧ ਸੰਗਤ ਇਸ ਤਰ੍ਹਾਂ ਦੀ ਹਾਲਤ ਹੋਈ ਸੀ ਉਸ ਸਰਹੰਦ ਦੀ ਇਟ ਨੇ ਇਟ ਖੜਕਾ ਕੇ ਗੁਰੂ ਕੇ ਸਿੱਖਾਂ ਨੇ ਅਹਿਸਾਸ ਕਰਾਇਆ ਸੀ ਕਿ ਕਲਗੀਧਰ ਪਾਤਸ਼ਾਹ ਦਾ ਖਾਲਸਾ ਬਰਕਰਾਰ ਹੈ ਕਲਗੀਧਰ ਮਹਾਰਾਜ ਨੇ ਜਫਰਨਾਮੇ ਵਿੱਚ ਵੀ ਇਹ ਬਚਨ ਕਹੇ ਸੀ ਕਿ ਔਰੰਗਜ਼ੇਬ ਠੀਕ ਹੈ ਤੋਂ 10 ਲੱਖ ਫੌਜਾਂ ਭੇਜ ਕੇ ਪਹਿਲਾ ਹਕਾਇਤਾਂ ਲਿਖੀਆਂ 12 ਉਹਦੇ ਪਹਿਲਾ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਲਿਖਿਆ ਨਮਸਕਾਰਾਂ ਕੀਤੀਆਂ ਫਿਰ ਕਹਾਇਤਾਂ ਦੇ ਵਿੱਚੋਂ ਜੋ ਕ੍ਰਾਂਣ ਦੀਆਂ ਨੇ ਉਹਦੇ ਵਿੱਚੋਂ ਔਰੰਗਜ਼ੇਬ ਨੂੰ ਲਿਖਿਆ ਕਿ ਔਰੰਗਜ਼ੇਬ ਕ੍ਰਾਂਣ ਦੀਆਂ ਕਸਮਾਂ ਖਾ ਕੇ ਉਹਦੇ ਤੋਂ ਮੁਕਰ ਜਾਣਾ ਇਦੋਂ ਵੱਡੀ ਬੁਝਦੀ ਲਈ ਕੀ ਕਹਿਰਤਾ ਕੀ ਹੈ ਇੱਕ ਧੋਖਾ ਹੈ ਫਰੇਵ ਹੈ ਕਹਿੰਦੇ ਆ ਜਿਹੜੇ ਹਿੰਦੂ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਬਣਾ ਕੇ ਕਸਮਾਂ ਖਾਧੀਆਂ ਸੀ ਇਹਨਾਂ ਦੀ ਬੁਝਲੀ ਨੂੰ ਤੂੰ ਪਹਿਲਾਂ ਹੀ ਜਾਣਦਾ ਸੀ ਪਰ ਤੂੰ ਇੱਕ ਧਰਮ ਦਾ ਆਗੂ ਘਾਉਣ ਵਾਲਾ ਆਪਣੇ ਵੱਲੋਂ ਚਿੱਠੀਆਂ ਲਿਖ ਕੇ ਮੈਨੂੰ ਇਹ ਭੇਜੀਆਂ ਫਿਰ ਉਹਦੀਆਂ ਕਸਮਾਂ ਤੋੜੀਆਂ ਫਿਰ ਮੈਨੂੰ ਉਮੀਦ ਸੀ ਕਿ ਤੂੰ ਜੁੱਧ ਵਿੱਚ ਆਏਗਾ ਪਰ ਤੂੰ ਤੇ ਜੁੱਧ ਵਿੱਚ ਆਇਆ ਹੀ ਨਹੀਂ ਤੇਰੇ ਵੱਡੇ ਵੱਡੇ ਜਰਨੈਲ ਵੀ ਕੰਧਾਂ ਦਾ ਓਲਾ ਲੈ ਲੈ ਕੇ ਆਪਣੀ ਜਾਨ ਬਚਾਉਂਦੇ ਰਹੇ ਪਰ ਦੂਜੇ ਪਾਸੇ ਮੇਰੇ ਫਰਜੰਦ ਪੁੱਤਰਾਂ ਨੇ ਪੰਜ ਪੰਜ ਸਿੰਘਾਂ ਦੇ ਜੱਥੇ ਬਣਾ ਕੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤਾਂ ਪਾਈਆਂ ਇੱਥੋਂ ਤੱਕ ਕਿ ਮੇਰੇ ਪੁੱਤਰਾਂ ਨੇ ਵੀ ਮੈਦਾਨੇ ਜੁਦਵ ਵਿੱਚ ਸ਼ਹੀਦਤਾ ਸ਼ਾਦਾਂ ਪਾਈਆਂ ਮੈਨੂੰ ਉਹਨਾਂ ਦਾ ਕੋਈ ਖੌਫ ਨਹੀਂ ਮੈਨੂੰ ਉਹਨਾਂ ਦਾ ਕੋਈ ਫਿਕਰ ਨਹੀਂ ਮੈਨੂੰ ਕੋਈ ਅਫਸੋਸ ਨਹੀਂ ਕਿਉਂ ਤੇ ਸਵਾ ਸਵਾ ਲੱਖ ਨਾਲ ਇੱਕ ਜਣਾ ਲੜਨ ਵਾਲਾ ਸੀ ਫਿਰ ਮੈਦਾਨੇ ਜੰਦ ਸੀ ਮੈਨੂੰ ਇਸ ਗੱਲ ਤੇ ਅਫਸੋਸ ਹੈ ਕਿ ਤੂੰ ਕੁਰਾਨ ਦੀਆਂ ਕਸਮਾਂ ਖਾ ਕੇ ਤੋੜੀਆਂ ਤੂੰ ਦੋਜਕ ਦੀ ਅੱਗ ਵਿੱਚ ਪਾਏਗਾ ਦੂਸਰੇ ਪਾਸੇ ਮੇਰੇ ਮਾਸੂਮ ਪੁੱਤਰ 7 ਤੇ 8.5 ਸਾਲ ਦੀ ਉਮਰ ਦੇ ਪੁੱਤਰਾਂ ਨੂੰ ਤੂੰ ਫਤਵੇ ਦੇ ਕੇ ਸ਼ਹੀਦ ਕੀਤਾ ਹੈ ਕਿ ਇਹ ਕੁਰਾਨ ਦਾ ਸੁਨਿਆ ਦਿਨਾਂ ਤੋਂ ਲੋਕਾਂ ਨੂੰ ਕੁਰਾਨ ਦਾ ਉਪਦੇਸ਼ ਹੈ ਨਹੀਂ ਤੂੰ ਬਜਦਲੀ ਦੇ ਰਾਹ ਤੇ ਤੁਰਿਆ ਹੈ ਅੱਜ ਵੀ ਜੇ ਤੂੰ ਚਾਵੇਂ ਮੇਰੇ ਨਾਲ ਤੂੰ ਵਾਰਤਾ ਕਰਕੇ ਦੇਖ ਲੈ ਜਾਂ ਜੁੱਧ ਮੁਕਾਬਲੇ ਵਿੱਚ ਆ ਕੇ ਦੇਖ ਲੈ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਣਾ ਤੂੰ 2 4 10 20 40 50 ਨੂੰ ਗਿਣਤੀ ਦੇ ਵਿੱਚ ਤੂੰ ਖਤਮ ਕਰ ਸਕਦਾ ਹੈ ਪਰ ਮੈਂ ਤੇ ਇਹ ਕਹੋ ਜਾਂ ਖਾਲਸਾ ਪੰਥ ਪੁੱਤਰ ਸਾਜ ਦਿੱਤਾ ਹੈ ਜਿਹਨੂੰ ਦੁਨੀਆਂ ਦੀ ਕੋਈ ਸ਼ਕਤੀ ਖਤਮ ਨਹੀਂ ਕਰ ਸਕਦੀ ਜਿਹੜੀ ਬਰਕਰਾਰ ਰਹੇਗੀ ਵੱਡੀਆਂ-ਵੱਡੀਆਂ ਆਫਤਾਂ ਦੇ ਨਾਲ ਟੱਕਰ ਲਏਗੀ ਪਰ ਗੁਰੂ ਨਾਨਕ ਦੀ ਫਲਸਫੀ ਨੂੰ ਦੁਨੀਆ ਦੇ ਵਿੱਚ ਬਰਕਰਾਰ ਰੱਖੇਗੀ ਇਹਨੂੰ ਕੋਈ ਖਤਮ ਨਹੀਂ ਕਰ ਸਕੇਗਾ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸਾਧ ਸੰਗਤ ਜੀ ਅੱਜ ਉਹਨਾਂ ਦਿਨਾਂ ਨੂੰ ਮਨਾਉਂਦਿਆਂ ਹੋਇਆਂ ਕੱਲ ਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਮਾਤਾ ਜੀ ਦੀ ਸ਼ਹੀਦੀ ਦਾ ਦਿਹਾੜਾ ਹੈ ਉਥੇ ਆਪਾਂ ਸਾਰੇ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਗੁਰੂ ਨੇ ਸਾਥੋਂ ਲਕੋਇਆ ਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਥ ਵਸੇ ਮੈਂ ਉਜੜਾ ਮਨ ਚਾਉ ਹਨੇਰਾ ਇਹ ਬਚਨ ਕਹੇ ਤੇ ਸਾਰਾ ਪੰਥ ਉਜਾੜ ਲਿਆ ਮਾਮੇ ਦੇ ਪੁੱਤਰ ਭੂਆ ਦੇ ਪੁੱਤਰ ਸਹਬਜਾਦੇ ਮਾਤਾ ਪਿਤਾ ਸਭ ਕੁਝ ਪੰਥ ਤੋਂ ਵਾਰ ਕੇ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਖਾਲਸਾ ਜੀ ਤੁਸੀਂ ਰਹਿਤ ਪੱਕੇ ਰਹੋ ਹਣ ਰਹਿਤ ਪਿਆਰੀ ਮੁੱਝ ਕੋ ਮੈਨੂੰ ਰਹਿਤ ਬਹੁਤ ਪਿਆਰੀ ਆ ਰਹਿਣੀ ਰਹੇ ਸੋਈ ਸਿੱਖ ਮੇਰਾ ਇਹ ਬਚਨ ਕਹੇ ਨੇ ਅੱਜ ਸਾਨੂੰ ਰਹਿਤ ਵਿੱਚ ਤਿਆਰ ਬਰਤਿਆਰ ਰਹਿਣਾ ਚਾਹੀਦਾ ਉਪਰਾਲਾ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਗੁਰੂ ਦੇ ਸਨਮੁਖ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਆਪਣੇ ਪੁੱਤਰਾਂ ਦੀ ਕਲਾਸ ਵਿੱਚ ਬਿਠਾ ਲੈਣ ਅਸੀਂ ਅਮਰ ਧਾਰੀ ਹੋ ਕੇ ਰਹਿਤਾਂ ਤਿਆਰ ਪਰ ਤਿਆਰ ਹੋ ਕੇ ਗੁਰੂ ਦੀ ਸਿੱਖੀ ਕਮਾਈਏ ਤੇ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ ਜਿਹੜੇ ਗੁਣ ਦੱਸੇ ਨਾ ਕਿ ਉਹ ਗੁਣ ਕੀ ਨੇ ਸ਼ਹਾਦਤ ਦੇ ਗੁਣ ਨਿਮਰਤਾ ਦੇ ਗੁਣ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਦੇ ਗੁਣ ਮੇਰਾ ਖਾਲਸਾ ਇਹਨਾਂ ਗੁਣਾਂ ਨੂੰ ਗ੍ਰਹਿਣ ਕਰੇ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਹ ਉਪਦੇਸ਼ ਬਖਸ਼ ਰਹੇ ਨੇ ਕਿ ਭਾਈ ਜੇ ਤੂੰ ਉਸ ਸਮੱਗਰ ਗੁਣਾਂ ਨੂੰ ਜਿਹੜੇ ਅਕਾਲ ਪੁਰਖ ਦੇ ਗੁਣ ਨੇ ਉਹ ਗੁਣ ਬਖਸ਼ੇ ਨੇ ਮੈਂ ਹੂੰ ਪਰਮਪੁਰਖ ਦਾ ਦਾਸਾ ਜਿਹੜੇ ਅਕਾਲ ਪੁਰਖ ਨੇ ਗੁਣ ਦਿੱਤੇ ਸੀ ਨਾ ਉਹ ਗੁਣ ਦੇ ਕੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਉਹ ਗੁਣ ਦਿੱਤੇ ਸੀ ਨਿਮਰਤਾ ਦੇ ਗੁਣ ਸ਼ੈਨਸ਼ੀਲਤਾ ਦੇ ਗੁਣ ਸ਼ਹਾਦਤ ਦੇ ਗੁਣ ਸਾਧ ਸੰਗ ਜੀ ਸਤ ਸੰਤੋਖ ਦੇ ਗੁਣ ਇਹ ਸਾਰੇ ਗੁਣ ਬਖਸ਼ੇ ਸੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਨਾਮ ਰਸੀਏ ਹੋਣ ਦਾ ਗੁਣ ਨਿਤਨੇਮ ਦੇ ਗੁਣ ਇਹ ਗੁਣ ਦਿੱਤੇ ਨਾ ਆਪਾਂ ਇਹਨਾਂ ਗੁਣਾਂ ਨੂੰ ਗ੍ਰਹਿਣ ਕਰੀਏ ਤੇ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੇਰੀ ਸੰਸਾਰ ਵਿੱਚ ਸ਼ੋਭਾ ਹੋਵੇਗੀ ਕਿਉਂਕਿ ਜਿਹੜਾ ਅਚੁੱਤ ਅਕਾਲਪੁਰਖ ਵਾਹਿਗੁਰੂ ਹੈ ਨਾ ਡਿੱਗਣ ਵਾਲਾ ਹੈ ਨਾ ਗਿਰਨ ਵਾਲਾ ਹੈ ਨਾ ਫੇਰਨ ਵਾਲਾ ਹੈ ਉਹਦੇ ਸਮੱਗਰ ਗੁਨਾਗ ਜਿਹੜੇ ਗੁਣ ਨੇ ਉਹਨਾਂ ਗੁਣਾਂ ਨੂੰ ਗ੍ਰਹਿਣ ਕਰ ਤੇ ਤੇਰੀ ਵੀ ਸੰਸਾਰ ਵਿੱਚ ਜੈ ਜੈਕਾਰ ਹੋ ਜਾਵੇਗੀ ਪੂਰਨ ਬਹੁ ਲੋ ਕਿਰਪਾਲਾ ਕਹਿੰਦੇ ਭਾਈ ਪੂਰਨ ਬਹੁ ਲੋ ਕਿਰਪਾਲਾ ਕਹਿੰਦੇ ਉਹ ਬਹੁਤਾ ਹੀ ਕਿਰਪਾ ਕਰਨ ਵਾਲਾ ਹੈ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾ ਉਹ ਤਾਂ ਭਾਈ ਸਦਾ ਹੀ ਮਿਹਰਾ ਕਰਨ ਵਾਲਾ ਹੈ ਸਭ ਦੇ ਉੱਪਰ ਕਿਰਪਾ ਕਰਦਾ ਹੈ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਹਿੰਦੇ ਇਹ ਗੁਰੂ ਦੇ ਗੁਣ ਨੇ ਬਹੁਤ ਹੀ ਗੁਣ ਨੇ ਮਿਹਰਬਾਨ ਬਾਣ ਕੀ ਹੁੰਦੀ ਹੈ ਆਦਤ ਕਹਿੰਦੇ ਭਾਈ ਇਹ ਬਾਣ ਪਈ ਆ ਉਹਨੂੰ ਕਿ ਉਹਨੇ ਤਾਂ ਨਿਰਗੁਣੀਆਂ ਦੇ ਉੱਪਰ ਵੀ ਗੁਣ ਕਰਨੇ ਨੇ ਪਰਪਕਾਰ ਕਰੀ ਜਾਣੇ ਨੇ ਪੂਰਨ ਬਹੁ ਲੋਕ ਕਿਰਪਾਲਾ ਉਹ ਤਾਂ ਪਰਿਪੂਰਨ ਭਰਿਆ ਹੋਇਆ ਕਿਰਪਾ ਦਾ ਬਹੁਤ ਹੀ ਕਿਰਪਾ ਦਾ ਘਰ ਹੈ ਕਿਰਪਾ ਕਰਦਾ ਹੈ ਗੰਭੀਰੰ ਊਚੈ ਸਰਬੱਗ ਅਪਾਰਾ ਕਹਿੰਦੇ ਉਹ ਗੰਭੀਰ ਹੈ ਬਹੁਤ ਹੀ ਡੂੰਗਾ ਹੈ ਉਹਦੇ ਗੁਣਾਂ ਦਾ ਕੋਈ ਥਾ ਨਹੀਂ ਪਾ ਸਕਦਾ ਤੇ ਕਹਿੰਦੇ ਊਚੋ ਤਿੰਨਾ ਗੁਣਾ ਤੋਚਾ ਸਤੋ ਗੁਣ ਰਜੋ ਗੁਣ ਤਮੋ ਗੁਣ ਆ ਤੂਜਾ ਤਾਕਾ ਦਰਬਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਕਹਿੰਦੇ ਉਹ ਊਚਾ ਹੈ ਊਚੇ ਤੋਂ ਊਚਾ ਹੈ ਮਹਾਰਾ ਸੱਚੇ ਪਾਤਸ਼ਾਹ ਦਾ ਇਡਾ ਵੱਡਾ ਗੁਣ ਹੈ ਗੰਭੀਰ ਵੀ ਹੈ ਤੇ ਊਚਾ ਵੀ ਹੈ ਫਿਰ ਪੜਿਓ ਜੀ ਗੰਭੀਰੰ ਊਚੈ ਸਰਬੱਗ ਅਪਾਰਾ ਕਹਿੰਦੇ ਉਹ ਸਰਬੱਗ ਹੈ ਸਰਬੱਗ ਕੀ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਰਬੱਗਾਪਾਰਾ ਕਹਿੰਦੇ ਉਹ ਇੱਕ ਦੀ ਨਹੀਂ ਉਹ ਅੰਤਰਜਾਮੀ ਹੈ ਜਾਣਦਾ ਕਿ ਅਸੀਂ ਕਿਹੋ ਜਿੇ ਕੌਤਕ ਕਰ ਰਹੇ ਆਂ ਕਿਹੋ ਜਿੇ ਕਰਮ ਕਰ ਰਹੇ ਆਂ ਕਿਹੋ ਜਿੇ ਪਾਪ ਕਰਮ ਕਰ ਰਹੇ ਆਂ ਕਿਹੋ ਜਿੇ ਚੰਗੇ ਕਰਮ ਕਰ ਰਹੇ ਆਂ ਉਹ ਸਾਨੂੰ ਜਾਣਦਾ ਹੈ ਉਹ ਕਹਿੰਦੇ ਇਸ ਕਰਕੇ ਭਾਈ ਜਿੱਥੇ ਉਹ ਕਿਰਪਾ ਦਾ ਕਰ ਹੈ ਉਥੇ ਉਹ ਆਪ ਸਰਬੱਗ ਹੈ ਜਾਣਦਾ ਹੈ ਸਾਰੇ ਪਰਿਵਾਰ ਨੂੰ ਜਿਹੜਾ ਵਿਆਪ ਰਿਹਾ ਹੈ ਨਾ ਸੰਸਾਰ ਵਿੱਚ ਉਹਦਾ ਕਾਰਨਹਾਰਾ ਵੀ ਆਪ ਹੈ ਪ੍ਰਿਤਿਆ ਪ੍ਰਿਅੰ ਬਿਸਰਾਮ ਚਰਣੰ ਤੇ ਹੁਣ ਫਰਮਾਉਂਦੇ ਹਨ ਕਿ ਮਹਾਰਾਜ ਚੇ ਪਾਤਸ਼ਾਹ ਜੀ ਉਹ ਕਿਰਪਾ ਕਿਵੇਂ ਕਰਦਾ ਹੈ ਕਹਿੰਦੇ ਪ੍ਰਿਤਿਆ ਜਿਹੜੇ ਭਗਤ ਨੇ ਪ੍ਰਮਾਤਮਾ ਨੇ ਉਹਦੇ ਸ਼ਰਧਾਲੂ ਨੇ ਨਾਮ ਰਸੀਏ ਨੇ ਬੰਦਗੀ ਕਰਨ ਵਾਲੇ ਨੇ ਕਹਿੰਦੇ ਉਹਨਾਂ ਦੇ ਨਾਲ ਉਹਦਾ ਪ੍ਰੇਮ ਹੈ ਤੇ ਉਹਨਾਂ ਨੂੰ ਬਸਰਾਮ ਦਿੰਦਾ ਹੈ ਆਪਣੇ ਚਰਨਾਂ ਵਿੱਚ ਨਾਮ ਬਾਣੀ ਵਿੱਚ ਸਤਿਗੁਰੂ ਦੇ ਚਰਨ ਕਿਹੜੇ ਨੇ ਉਹ ਭਾਈ ਚਿਤ ਚਰਨ ਨਾਮ ਚਿਤ ਦੇ ਵਸਣ ਵਾਲਾ ਜਿਹੜਾ ਨਾ ਉਹ ਚਰਨ ਹੈ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਚਰਨ ਰੂਪ ਨਾਮ ਵਸਾ ਦਿੰਦਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਹਮੇਸ਼ਾ ਲਈ ਨਿਵਾਸ ਬਖਸ਼ ਦਿੰਦਾ ਜਿਹੜੇ ਉਹਦੇ ਪ੍ਰਿਤ ਭਗਤ ਨੇ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਦਾ ਹੈ ਆਨਾਥ ਨਾਥੇ ਨਾਨਕ ਸਰਣ ਕਹਿੰਦੇ ਜਿਹੜਾ ਭਾਈ ਜੀ ਦਾ ਕੋਈ ਜਿਹਦਾ ਕੋਈ ਵਾਲੀ ਵਾਰਿਸ ਨਹੀਂ ਆਪਾਂ ਕਹਿੰਦੇ ਨਮਾਣਿਆਂ ਦਾ ਮਾਂ ਨਥਾਵੇਂ ਦਾ ਥਾਮ ਇਹ ਘਰ ਹੈ ਜਿਹਦੇ ਜਿਹੜੇ ਬਿਲਕੁਲ ਹੀ ਨਥਾਵੇਂ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਉੱਚ ਸਥਾਨ ਬਖਸ਼ ਦਿੰਦਾ ਹੈ ਐਡਾ ਗਰੀਬ ਨਿਵਾਜ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਇਸ ਵਾਸਤੇ ਅਨਾਥ ਨਾਥੇ ਜਿਹੜੇ ਅਨਾਥ ਨੇ ਉਹਨਾਂ ਦਾ ਨਾਥ ਮਾਲਕ ਆਪ ਬਣ ਜਾਂਦਾ ਹੈ ਬਲਕਿ ਉਹ ਕਈ ਅਨਾਥਾਂ ਨੂੰ ਸੰਭਣ ਵਾਲੇ ਬਣ ਜਾਂਦੇ ਨੇ ਐਸੀ ਕਿਰਪਾ ਕਰ ਦਿੰਦਾ ਹੈ ਸਤਿਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਫਿਰ ਪੜਿਓ ਜੀ ਇਹ ਅਨਾਥ ਨਾਥੇ ਨਾਨਕ ਸਰਣੰ ਹਜੂਰ ਫਰਮਾਉਂਦੇ ਨੇ ਕਿ ਭਾਈ ਉਹਦੀ ਸ਼ਰਨ ਵਿੱਚ ਆਉਣਾ ਚਾਹੀਦਾ ਐਵੇਂ ਹੀ ਨਹੀਂ ਜਿਵੇਂ ਅਸੀਂ ਲਾਲਾਂ ਵਾਲੇ ਤੁਰ ਗਏ ਜੀ ਪਹਾੜਾਂ ਵਾਲੇ ਤੁਰ ਗਏ ਜੀ ਹਰੇ ਜੀ ਚਾਦਰਾਂ ਚੱਕ ਲੀਆਂ ਕਬਰਾਂ ਤੇ ਤੁਰ ਪਏ ਮਟਾਂ ਤੇ ਤੁਰ ਪਏ ਨਹੀਂ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਦਰ ਬਖਸ਼ਿਆ ਹੈ ਉਹ ਕਿਹੜਾ ਦਰ ਹੈ ਮਹਾਰਾਜ ਨੇ ਸਭ ਨੂੰ ਹੁਕਮ ਕੀਤਾ ਹੈ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਬਾਜਾਂ ਦੇ ਦੇ ਕੇ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀਆਂ ਸ਼੍ਰੋਮਣੀ ਬਾਣੀ ਹੈ ਤੇ ਫਿਰ ਕਹਿ ਦਿੱਤਾ ਸਾਰੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਐਸੀ ਕਿਰਪਾ ਕਰਨ ਵਾਲੀ ਧੁਰ ਕੀ ਬਾਣੀ ਹੈ। ਸੋ ਖੀਰ ਵਿੱਚ ਸਾਧ ਸੰਗਤ ਜੀ ਬੇਨਤੀ ਹੈ ਕਿ ਸਿੰਘ ਸਾਹਿਬ ਜੀ ਨੇ ਵੀ ਬੇਨਤੀ ਕੀਤੀ ਹੈ ਜੋ ਕਿਸਾਨ ਬੈਠੇ ਨੇ ਦਿੱਲੀ ਦੀਆਂ ਸਰਹੱਦਾਂ ਤੇ ਕੱਲ ਪਤਾ ਲੱਗਾ ਕਿ ਯੂਪੀ ਤੋਂ ਬਾਬਾ ਅਨੂਪ ਸਿੰਘ ਦੇ ਪ੍ਰੇਰਨੰਦ ਸਦਕਾ ਬਹੁਤ ਵੱਡੀ ਗਿਣਤੀ 'ਚ ਜਿਹੜਾ ਕਾਫਲਾ ਯੂਪੀ ਤੋਂ ਕਿਸਾਨਾਂ ਦਾ ਚੱਲ ਕੇ ਇਸ ਬਾਰਡਰ ਤੇ ਪਹੁੰਚਿਆ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਪਹਿਲਾਂ ਤੁਸੀਂ 3-4 ਦਸ਼ਾਵਾਂ ਵੱਲ ਜਾ ਕੇ ਬੜੀ ਵੱਡੀ ਸੇਵਾ ਕਰਦੇ ਹੋ ਇੱਥੇ ਇਧਰ ਫਰੀਦাবাদ ਵੱਲ ਯੂਪੀ ਵਾਲੇ ਪਾਸੇ ਬਹੁਤ ਵੱਡੇ ਕਾਫਲੇ ਪਹੁੰਚੇ ਨੇ ਰਾਤ ਸੋ ਦਿੱਲੀ ਸ੍ਰੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਿਰਸਾ ਜੀ ਗਏ ਸੀ ਜਿੱਥੇ ਕੁਝ ਇੱਕ ਝਪਟਾਂ ਹੋ ਗਈਆਂ ਸੀ ਪੁਲਿਸ ਦੇ ਨਾਲ ਉੱਥੇ ਉਹ ਪਹੁੰਚ ਕੇ ਉਹਨਾਂ ਨੇ ਵੀ ਸਾਹ ਦਿੱਤਾ ਸੋ ਸਾਰੀਆਂ ਸੰਗਤਾਂ ਨੂੰ ਆਪਾਂ ਨੂੰ ਹਰ ਤਰ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਵੱਡੇ ਵੱਡੇ ਮੈਡੀਕਲ ਕੈਂਪ ਲੱਗੇ ਨੇ ਸੋ ਦਾਸ ਉੱਥੇ ਪਿਛਲੇ ਉਦੋਂ ਤੋਂ ਹੀ ਲੈ ਕੇ ਪਹਿਲੀ 2 ਤਰੀਕ ਤੋਂ ਲੈ ਕੇ ਮੈਡੀਕਲ ਕੈਂਪ ਲਾਏ ਨੇ ਅਸੀਂ ਦੇਖਦੇ ਹਾਂ ਆਪਾਂ ਨੂੰ ਪਤਾ ਹੀ ਹੈ ਜਿੱਥੇ ਲੱਖਾਂ ਲੋਕਾਂ ਦਾ ਇਕੱਠ ਹੋਵੇਗਾ ਰਹਿਣ ਦੀ ਕੋਈ ਵਸਤਾ ਨਹੀਂ ਹੋਵੇਗੀ ਜੰਗਲਮਨਦਾਨ ਜਾਣ ਦੀ ਕੋਈ ਪ੍ਰਬੰਧ ਨਹੀਂ ਹੋਵੇਗਾ ਤੇ ਉੱਥੇ ਸਪਾਈ ਸਫਾਈ ਰੱਖਣ ਦਾ ਕਿੱਡਾ ਵੱਡਾ ਪ੍ਰਾਲਾ ਕਰਨਾ ਪਵੇਗਾ ਮੈਂ ਸਮਝਦਾ ਕਿ ਇਹ ਇੱਕ ਰਾਹਤ ਸਵਾ ਮਾਰਗ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ ਆਪਣੀ ਸਫਾਈ ਵੀ ਆਪ ਕਰਦੇ ਆ ਸਥਾਨ ਦੀ ਸਫਾਈ ਲੰਗਰਾਂ ਦੀ ਸਫਾਈ ਬੜੇ ਨੌਜਵਾਨ ਵਲੰਟੀਅਰ ਬਣ ਕੇ ਉਹਨਾਂ ਨੇ ਥੈਲੇ ਚੱਕੇ ਨੇ ਮੰਮੀ ਕਾਗਜ ਦੇ ਆਪਣੇ ਮੋਢਿਆਂ ਤੇ ਪਾਏ ਨੇ ਪੋਰਾ ਪਰ ਗੰਦਗੀ ਨਹੀਂ ਪੈਣ ਦਿੰਦੇ ਇਹ ਉਹਨਾਂ ਦਾ ਧੰਨਵਾਦ ਹੈ ਨੌਜਵਾਨਾਂ ਦਾ ਤੇ ਇਕੱਲੇ ਇਹ ਨਹੀਂ ਕਿ ਪੰਜਾਬ ਤੋਂ ਆਏ ਨੇ ਉਹ ਇੱਥੋਂ ਵੀ ਹਰਿਆਣੇ ਤੋਂ ਯੂਪੀ ਤੋਂ ਇਕੱਲੇ ਸਿੱਖ ਨਹੀਂ ਗੇ ਹਿੰਦੂ ਮੁਸਲਮਾਨ ਬਹੁਤ ਸਾਰੇ ਸਿੱਖ ਈਸਾਈ ਹਰ ਧਰਮ ਦਾ ਕਿਸਾਨ ਇੱਥੇ ਪਹੁੰਚ ਕੇ ਡਟਿਆ ਹੋਇਆ ਤੇ ਦੂਸਰੇ ਪਾਸੇ ਅਸੀਂ ਸਰਕਾਰ ਨੂੰ ਵੀ ਬਹੁਤ ਥਮੇ ਦੇ ਨਾਲ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਇਹ ਆ ਲੋਕਤੰਤਰ ਲੋਕਰਾਜ ਹੈ ਜਿਹੜੇ ਰਾਜ ਦੇ ਵਿੱਚ ਜਿਹੜਾ ਰਾਜ ਲੋਕਾਂ ਦਾ ਰਾਜ ਹੋਵੇ ਕਹਿਣ ਨੂੰ ਤਾਂ ਇਹ ਆ ਸਰਕਾਰ ਨੂੰ ਬਿਨਾਂ ਦੇਰ ਕੀਤਿਆਂ ਇਹ ਹੱਲ ਕੱਢਣਾ ਚਾਹੀਦਾ ਹੈ ਕਿ ਕਿਸਾਨ ਦੇਸ਼ ਦਾ ਤੁਰਾ ਤੁਰਾ ਇਹਦੇ ਦਿਵਾਲਾ ਦਿਵਾਲੇ ਸਾਰਾ ਜਿੰਨਾ ਬਿਜ਼ਨਸ ਹੈ ਉਹ ਕਿਸਾਨੀ ਦੇ ਦਿਵਾਲੇ ਘੁੰਦਾ ਹੈ ਇਸ ਵਾਸਤੇ ਬਿਨਾਂ ਦੇਰ ਕੀਤਿਆਂ ਕਿਸਾਨਾਂ ਦੀਆਂ ਸਾਰੇ ਹੱਕੀ ਮੰਗਾ ਮੰਨ ਕੇ ਇਹ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਸਾਰੇ ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ ਤੇ ਨਹੀਂ ਤੇ ਸਾਧ ਸੰਗ ਜੀ ਪਤਾ ਨਹੀਂ ਲੱਗਦਾ ਹੁੰਦਾ ਕਿ ਇੰਨੇ ਵੱਡੇ ਇਕੱਠਾਂ ਵਿੱਚੋਂ ਜੂਮ ਇਕੱਠਾ ਹੁੰਦਾ ਹੈ ਤੇ ਬਹੁਤ ਤਰ੍ਹਾਂ ਦੇ ਲੋਕ ਵਿਚ ਆਉਂਦੇ ਨੇ ਤੇ ਬਾਅਦ ਵਿੱਚ ਇਹ ਕਹਿਣਾ ਕਿ ਇਹ ਦੇਸ਼ ਦੇ ਅਮਨ ਕਾਨੂੰਨ ਨੂੰ ਖਤਰਾ ਖੜਾ ਹੋ ਗਿਆ ਇਹ ਕਿਸਾਨਾਂ ਕਰਕੇ ਹੋ ਗਿਆ ਇੱਕ ਦਿਨ ਹੋਇਆ ਦੋ ਦਿਨ ਹੋ ਗਿਆ 2.5 3 ਮਹੀਨਿਆਂ ਤੋਂ ਜਿਹੜੀ ਕਾਰ ਚੱਲ ਰਹੀ ਹੈ ਤੇ ਅਸੀਂ ਸੁੱਤੇ ਰਵਾਂਗੇ ਸਾਡੇ ਹੁਕਮਨਾ ਹੁਣ ਬੈਠੇ ਰਹਿਣਗੇ ਵੇਖੀ ਜਾਣਗੇ ਕਿ ਕੱਲ ਨੂੰ ਕੋਈ ਬਿਮਾਰੀ ਫੈਲ ਜਾਵੇ ਇੱਕ ਪਾਸੇ ਕਰੋਨਾ ਦਾ ਕਹਿਰ ਚੱਲ ਰਿਹਾ ਹੈ ਵੀ ਉਹਦੇ ਅਧੀਨ ਹੀ ਕੁਝ ਮਰ ਜਾਣ ਕੁਝ ਇੱਥੇ ਗੰਦਗੀ ਨਾਲ ਬਿਮਾਰੀਆਂ ਫੈਲ ਜਾਣ ਤੇ ਅਸੀਂ ਕਹਾਂਗੇ ਜੀ ਤਾਂ ਇਹਨਾਂ ਦੀ ਬੇਸਮਝੀ ਸੀ ਨਹੀਂ ਭਾਈ ਰਾਜ ਪ੍ਰਬੰਧ ਕਿਵੇਂ ਚਲਾਉਣਾ ਹੈ ਇਹ ਜਿਹੜੇ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਫਰਜ਼ ਬਣਦਾ ਹੁੰਦਾ ਇਸ ਵਾਸਤੇ ਇਹ ਫਰਜ਼ ਨੂੰ ਪਛਾਣਦਿਆਂ ਬਹੁਤ ਸਿਆਣਪ ਦੇ ਨਾਲ ਫਿਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਤਕਰੀਬੀ ਵਿੱਚੋਂ ਨਿਕਲਿਆ ਇਹਨੂੰ ਤਾਂ ਸਾਰਾ ਕੁਝ ਪਤਾ ਹੈ ਇਹਨੇ ਕਾਦੀ ਹੱਠ ਧਰਮੀ ਪੜੀ ਹੋਈ ਆ ਹੁਣ ਕਿਸੇ ਦੀਆਂ ਕਹਿਣ ਕਹਾਉਣ ਦੀਆਂ ਗੱਲਾਂ ਨੂੰ ਛੱਡ ਕੇ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਗਰਾਊਂਡ ਲੈਵਲ ਤੇ ਕੀ ਵਾਪਰ ਰਿਹਾ ਹੈ ਉਹਨੂੰ ਸਮਝਣਾ ਚਾਹੀਦਾ ਇਹ ਤੇ ਇੱਕ ਪਿੰਡ ਦਾ ਸਰਪੰਚ ਜੇ ਧੜਾਵਣ ਜੇ ਨਾ ਉਹ ਵੀ 10 ਬੰਦਿਆਂ ਨੂੰ ਕਹ ਦੇਗਾ ਹਾਰਿਆ ਹੋਇਆ ਵੀ ਕਹ ਦੇਗਾ ਕਿ ਫੁਲਾਨਾ ਬੰਦਾ ਬੜਾ ਚੰਗਾ ਸੀ ਜਿਤਨਾ ਉਹ ਹੀ ਚਾਹੀਦਾ ਸੀ ਹੁਣ ਜੋ ਟੈਲੀਵਿਜ਼ਨ ਤੇ ਹੋ ਰਿਹਾ 10 ਕਿਸਾਨ ਯੂਪੀ ਚ ਬਿਠਾ ਲਏ 15 ਚ ਗੁਜਰਾਤ ਦੇ ਵਿੱਚ ਬਿਠਾ ਲਏ ਵੀ ਤੁਸੀਂ ਕਹੋ ਜਿਹੜੇ ਕਾਨੂੰਨ ਬਣਿਆ ਠੀਕ ਬਣਿਆ ਪ੍ਰਧਾਨ ਮੰਤਰੀ ਸਾਹਿਬ ਇਹ ਕਿੱਡੀ ਕਵੱਡੀ ਗੱਲ ਹੈ ਇਹ ਤੈਨੂੰ ਸੋਭਾ ਨਹੀਂ ਦਿੰਦਾ ਕਿ ਤੂੰ ਇੰਨੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਨੂੰ ਪਰਭਾਵੇਂ ਤੇਰੇ ਹੀ ਟੈਲੀਵਿਜ਼ਨ ਤੇਰਾ ਹੀ ਮੀਡੀਆ ਤੇ ਤੂੰ ਦੇਸ਼ ਦਾ ਪ੍ਰਧਾਨ ਮੰਤਰੀ ਤੇਰੇ ਤੱਕ ਤਾਂ ਕਈ ਲੋਕਾਂ ਨੂੰ ਵੱਡੀਆਂ ਆਸਾਂ ਹੋ ਸਕਦੀਆਂ ਉਹ ਤਾਂ ਤਾੜੀਆਂ ਮਾਰ ਕੇ ਕਹਿ ਦੇਣਗੇ ਕਿ ਤੋ ਜੋ ਕੁਝ ਤੂੰ ਕਰ ਰਿਹਾ ਹੈ ਉਹ ਤੂੰ ਠੀਕ ਠੀਕ ਕਰ ਰਿਹਾ ਹੈ ਉਹ ਤਾਂ ਵਜੀਦ ਖਾਨ ਨੂੰ ਵੀ ਕਹਿੰਦੇ ਸੀ ਤੂੰ ਠੀਕ ਕਰ ਰਿਹਾ ਹੈ ਪਰ ਨਹੀਂ ਤੈਨੂੰ ਸਮਝਣ ਦੀ ਲੋੜ ਹੈ ਤੂੰ ਸਿਆਣਾ ਬਣ ਸਿਆਣਾ ਬਣ ਕੇ ਹਕੀਕਤ ਨੂੰ ਸਮਝ ਕੇ ਕਿ ਇਹ ਮੇਰੇ ਦੇਸ਼ ਦੇ ਲੋਕ ਨੇ ਇਹ ਲੋਕ ਵੀ ਉਹ ਨੇ ਜਿਹੜੇ ਕਿਸਾਨ ਲੋਕ ਨੇ ਦੇਸ਼ ਦਾ ਧੁਰਾ ਹੈ ਇਹਨਾਂ ਦੀ ਸਮੱਸਿਆ ਨੂੰ ਹੱਲ ਕਰਨਾ ਮੇਰਾ ਫਰਜ਼ ਬਣਦਾ ਹੈ ਇਸ ਨੀਤੀ ਨੂੰ ਸਮਝ ਕੇ ਨਹੀਂ ਤੇ ਕਿਸਾਨ ਡਟੇ ਨੇ ਆਪਾਂ ਸਾਰੇ ਅਰਦਾਸ ਕਰੋ ਕਿ ਮਹਾਰਾਜ ਕਿਰਪਾ ਕਰੇ ਇਹ ਜਿਹੜੀਆਂ ਜਥੇਬੰਦੀਆਂ ਕਿਸਾਨਾਂ ਨੇ ਬਣਾਈਆਂ ਇਹਨਾਂ ਚ ਏਕਤਾ ਇਤਿਫਾਕ ਬਣਿਆ ਰਵੇ ਇਹ ਡਟੇ ਰਹਿਣ ਇਹ ਕਦੇ ਥੱਕਣ ਨਾ ਕਦੇ ਅੱਕਣ ਨਾ ਕਦੇ ਝੁਕਣ ਨਾ ਤੇ ਕੇਵਲ ਦੇਸ਼ ਹੀ ਨਹੀਂ ਸਾਰੇ ਸੰਸਾਰ ਵਿੱਚ ਜਿਹੜੇ ਡੈਮੋਕ੍ਰੇਸੀ ਤੇ ਵਿਸ਼ਵਾਸ ਰੱਖਦੇ ਨੇ ਲੋਕ ਜਾਂ ਗੁਰੂ ਨਾਨਕ ਨਾਮ ਵਾਲੇ ਵਾ ਸਿੱਖ ਨੇ ਉਹ ਸਾਰੇ ਹੀ ਹਮਦਰਦੀ ਭਰੀਆਂ ਨਜ਼ਰਾਂ ਦੇ ਨਾਲ ਇਹਨਾਂ ਲੋਕਾਂ ਨੂੰ ਜੋ ਸੰਘਰਸ਼ੀਲ ਨੇ ਉਹਨਾਂ ਨੂੰ ਦੇਖ ਰਹੇ ਨੇ ਉਹਨਾਂ ਨਾਲ ਹਮਦਰਦੀ ਪ੍ਰਗਟਾ ਰਹੇ ਨੇ ਉਹਨਾਂ ਲਈ ਅਰਦਾਸਾਂ ਕਰ ਲੈਨੇ ਤੇ ਉਹ ਕਰਨੀਆਂ ਚਾਹੀਦੀਆਂ ਹਨ ਇਹਨੀਆਂ ਹੀ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਸਤਿਗੁਰੂ ਰਹਿਮਤ ਕਰਨ ਆਪਣਾ ਸਮਝਣ ਦੀ ਅਰਦਾਸ ਹੈ ਕਲਗੀਧਰ ਪਾਤਸ਼ਾਹ ਜੀ ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਆਪਣੇ ਕਿਸਾਨ ਸ਼ਰਧਾਲੂਆਂ ਨੂੰ ਵੱਡੀ ਤੋਂ ਵੱਡੀ ਕਾਮਯਾਬੀ ਬਖਸ਼ ਕੇ ਫਤਿਹਾਂ ਵੀ ਬਖਸ਼ਿਸ਼ ਕਰਨ ਦਾਸ ਤੋਂ ਦੋ ਦਿਨ ਸੇਵਾ ਕਰਦਿਆਂ ਤੋਂ ਬੇਨਤੀ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ ਦਾਸ ਸਮੂਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ ਕਥਾ ਦਾ ਸੁਭਾਗ ਬਖਸ਼ਿਆ ਹੈ ਸਿੰਘ ਸਭਾਈ ਰਣਜੀਤ ਸਿੰਘ ਜੀ ਦੇ ਧੰਨਵਾਦੀਆਂ ਜਿਹੜੇ ਸੰਗਤਾਂ ਨੂੰ ਹਮੇਸ਼ਾ ਹੀ ਨਿੱਤ ਪ੍ਰਤੀ ਰੋਜ਼ ਦੇ ਹਾਲਾਤਾਂ ਬਾਰੇ ਜਾਣੂ ਕਰਾਉਂਦੇ ਰਹਿੰਦੇ ਨੇ ਔਰ ਸਾਫ ਸਫਾਈ ਬਾਰੇ ਗੁਰਸਿੱਖੀ ਬਾਰੇ ਪੰਜਾਬੀ ਬੋਲੀ ਬਾਰੇ ਕੁਝ ਨਾ ਕੁਝ ਉਪਦੇਸ਼ ਨਿਤਾਪਰਤੀ ਆਪਾਂ ਨੂੰ ਦਿੰਦੇ ਰਹਿੰਦੇ ਨੇ ਆਪਾਂ ਨੂੰ ਧਿਆਨ ਕਰਨਾ ਚਾਹੀਦਾ ਗੁਰੂ ਰਹਿਮਤ ਕਰੇ ਕਿਰਪਾ ਕਰੇ ਆਓ ਅਖੀਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਪ੍ਰੇਤਿਆ ਪ੍ਰਿਯੰ ਬਿਸਰਾਮ ਚਰਣੰ ਅਨਾਥਨਾਥੇ ਨਾਰਕ ਸਰਣੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ